ਕਰੋਨਾ ਵਾਇਰਸ ਜਿਹੜਾ ਕਿ ਲੱਗਦਾ ਸੀ ਸਿਰਫ ਚੀਨ ਤੱਕ ਸੀਮਤ ਹੈ, ਹੁਣ ਪੂਰੇ ਦੁਨੀਆ ਨੂੰ ਆਪਣੇ ਕਲਾ ਵਿੱਚ ਲੈਂਦਾ ਨਜ਼ਰ ਆ ਰਿਹਾ। ਕੈਨੇਡਾ ਵੀ ਉਹਦੇ ਤੋਂ ਬਾਹਰ ਨਹੀਂ ਹੈ। ਅੱਜ ਹੀ ਜਿਹੜਾ ਕੈਨੇਡਾ ਦਾ ਸੈਂਟਰਲ ਬੈਂਕ ਹੈ ਉਹਨੇ ਇੰਟਰਸਟ ਰੇਟ ਵੀ ਇਸੇ ਗੱਲ ਨੂੰ ਦੇਖ ਕੇ ਘਟਾ ਦਿੱਤਾ ਕਿ ਇਕੋਨਮੀ ਦੇ ਉੱਤੇ ਜਿਹੜਾ ਅਸਰ ਹੈ ਉਹ ਬਹੁਤ ਡੂੰਘਾ ਅਤੇ ਲੰਬਾ ਸਮਾਂ ਚੱਲਣ ਵਾਲਾ ਹੁੰਦਾ ਨਜ਼ਰ ਆ ਰਿਹਾ। ਜਦੋਂ ਤੋਂ ਇਕੋਨਮੀ ਗਲੋਬਲਾਈਜ਼ ਹੋਈ ਹੈ, ਹਰ ਚੀਜ਼ ਗਲੋਬਲਾਈਜ਼ ਹੋ ਗਈ ਹੈ। ਕੋਈ ਵੀ ਸੰਕਟ ਆਉਂਦਾ, ਚਾਹੇ ਉਹ ਜਿਵੇਂ ਕਰੋਨਾ ਵਾਇਰਸ ਹੈਲਥ ਦਾ ਸੰਕਟ ਹੈ, ਉਹ ਵੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ। ਕੋਈ ਆਰਥਿਕ ਸੰਕਟ ਆਉਂਦਾ, ਉਹ ਵੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ। ਹੈਂਗਜ਼ੋਂਗ, ਗੋਂਗਜ਼ੋਂਗ ਅਤੇ ਸ਼ੈਨਜਾਨ ਤਿੰਨ ਸ਼ਹਿਰਾਂ 'ਚ ਮੈਂ ਗਿਆ, ਜਾ ਕੇ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ। ਜਾਣ ਲੱਗਿਆ ਮੈਨੂੰ ਬੜਿਆਂ ਲੋਕਾਂ ਨੇ ਡਰਾਇਆ ਕਿ ਉੱਥੇ ਮਾਰ ਦਿੰਦੇ ਆ, ਉੱਥੇ ਇਹ ਕਰਦੇ ਉਹ ਕਰਦੇ, ਕੁਛ ਵੀ ਹੋਇਆ, ਲੇਕਿਨ ਮੈਂ ਗਿਆ। ਦੇਖਿਆ ਉੱਥੋਂ ਦਾ ਸਿਸਟਮ ਜਦੋਂ ਵੇਖ ਕੇ ਮੈਂ ਬੜਾ ਹੈਰਾਨ ਹੋਇਆ, ਕਿਉਂਕਿ ਮੈਂ ਇੱਥੇ ਪ੍ਰਿੰਟਿੰਗ ਕਰਾਉਂਦਾ ਹਾਂ ਅਤੇ ਉਹ ਇੱਕ ਸਾਈਡ 'ਤੇ ਛਾਪ ਕੇ ਉਹਨੂੰ ਸੁਕਾ ਕੇ ਅਗਲੇ ਦਿਨ ਸਵੇਰੇ ਦੂਜੀ ਪਾਸਾ ਛਾਪਦੇ। ਉੱਥੇ ਪ੍ਰੈੱਸਾਂ ਲੱਗੀਆਂ ਸੀ ਜਿਹੜੀਆਂ ਕਿ ਇੱਕੇ ਟਾਈਮ 'ਤੇ ਦੋਵੇਂ ਪਾਸੇ ਛਾਪੀ ਜਾ ਰਹੀਆਂ। ਮੈਂ ਉੱਥੇ 6 ਦਿਨ ਰਿਹਾ ਅਤੇ 6 ਦਿਨ ਮੈਂ ਫਰੂਟ 'ਤੇ, ਦੁੱਧ 'ਤੇ, ਆਂਡਿਆਂ 'ਤੇ ਅਤੇ ਬ੍ਰੈਡ 'ਤੇ, ਇਹਨਾਂ 4 ਚੀਜ਼ਾਂ 'ਤੇ ਆਪਣੇ ਸਰਵਾਈਵ ਕੀਤਾ। ਕਿਉਂਕਿ ਉਹ ਜੋ ਕੁਝ ਉਹ ਖਾਈ ਜਾਂਦੇ ਸੀ, ਜਿਵੇਂ ਕਿ ਹੁਣ ਦੱਸ ਰਿਹਾ ਲੋਕਾਂ ਨੂੰ, ਆਮ ਲੋਕਾਂ ਨੂੰ ਪਤਾ ਲੱਗਣ ਲੱਗਾ, ਉਹ ਸਾਰਾ ਸੱਪ ਵੀ ਖਾਈ ਜਾਂਦੇ, ਉੱਥੇ ਚਮਗਿੱਦੜ ਵੀ ਖਾਈ ਜਾਂਦੇ ਆ, ਜਿਹੜੇ ਚੂਹੇ ਵੀ ਖਾਈ ਜਾਂਦੇ ਆ, ਜੋ ਲੱਭਦਾ ਸਭ ਉਹ ਖਾਈ ਜਾਂਦੇ। ਔਰ ਇਹ ਜਿਹੜਾ ਇਹਦਾ ਇਕੋਨਮੀ ਦਾ ਅਸਰ ਜਿਹੜਾ ਵਰਲਡਵਾਈਡ ਹੋਇਆ, ਚਾਹੇ ਉਹ ਨਿਹਰਾ ਕਰੋਨਾ ਵਾਇਰਸ ਦਾ ਅਸਰ ਚਾਈਨਾ 'ਚ ਹੀ ਨਹੀਂ ਹੋਇਆ, ਕੈਨੇਡਾ, ਅਮੈਰੀਕਾ, ਇਟਲੀ, ਇਕੱਲਾ ਇੱਥੇ ਨਹੀਂ ਹੈਗਾ, ਉੱਦਾਂ ਵੀ, ਕਿਉਂਕਿ ਲੋਕ ਸਮਝਦੇ ਆ ਵੀ ਜੇ ਪਤਾ ਨਹੀਂ ਕਿਹੜੀ ਚੀਜ਼ ਦਾ, ਕੋਈ ਚਾਈਨੀਜ਼ ਚੀਜ਼ ਆਈ ਹੋਵੇ ਉੱਥੋਂ, ਕੋਈ ਚੀਜ਼ ਬਾਜ਼ਾਰੋਂ ਲੈ ਕੇ ਆਈ ਦੀ ਹੈ, ਹੁਣ ਉਹਦਾ ਬਹੁਤਿਆਂ ਨਹੀਂ ਪਤਾ ਵੀ ਇਹ ਚਾਈਨਾ ਦੀ ਹੈ ਜਾਂ ਹੋ ਸਕਦਾ ਕੋਈ ਚੀਜ਼ ਇੱਥੇ ਲੋਕਲੀ ਬਣਦੀ ਹੋਵੇ, ਲੇਕਿਨ ਚੁੱਕਣ ਲੱਗਿਆਂ ਸੋਚੀਦਾ ਵੀ ਯਾਰ ਇਹ ਕਿਤੇ ਸਾਡੀ ਚਾਈਨਾ ਦੀ ਨਾ ਹੋ। ਡਾਲਰ ਸਟੋਰ ਹੈ, ਡਾਲਰ ਸਟੋਰ 'ਤੇ ਆਪਾਂ ਜਾਂਦੇ ਹਾਂ ਜਾਂ ਡਾਲਰ ਅਮਾ 'ਤੇ ਜਾਂਦੇ ਹਾਂ, ਤੁਸੀਂ ਕੋਈ ਚੀਜ਼ ਕਹਿ ਕੇ ਦੇਖੋ ਅਤੇ ਪਹਿਲਾਂ ਮੇਡ ਇਨ ਚਾਈਨਾ ਲਿਖਿਆ ਹੁੰਦਾ। ਉਹ ਹੁਣ ਕੋਈ ਬੰਦਾ ਚੀਜ਼ ਖਰੀਦਣ ਲੱਗਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਆ ਕੋਈ, ਉਹ ਖਰੀਦਣ ਤੋਂ ਪਹਿਲਾਂ 100 ਵਾਰੀ ਸੋਚੇਗਾ ਯਾਰ ਇਹ ਚਾਈਨਾ ਦਾ ਹੈ, ਪਤਾ ਨਹੀਂ ਇਹਨੂੰ ਵਾਇਰਸ ਨਾ ਹੋਵੇ ਇਹਦੇ 'ਚ, ਇਹਨੂੰ ਹੱਥ ਨਾ ਲੱਗ ਜਾਏ। ਇੱਥੋਂ ਤੱਕ ਕਿ ਆਪਾਂ ਇੱਕ ਦੂਜੇ ਨੂੰ ਕਹਿ ਰਹੇ ਹਾਂ ਕਿ ਹੱਥ ਨਾ ਮਿਲਾਓ ਕਿਸੇ ਨੂੰ, ਜਾਂ ਕਿਸੇ ਦੇ ਬਹੁਤਾ ਨੇੜੇ ਨਾ ਜਾਓ, ਜਾਂ ਕੋਈ ਛਿੱਕ ਆਉਂਦੀ ਹੈ ਕਿਸੇ ਨੂੰ, ਖੰਘ ਆਉਂਦੀ ਹੈ, ਉਹਦੇ ਨੇੜੇ ਨਾ ਜਾਓ, ਭਾਵੇਂ ਵਿਚਾਰਾ ਉੱਦਾਂ ਹੀ ਰੈਗੂਲਰ ਹੀ ਹੋਵੇ ਉਹਨੂੰ, ਲੇਕਿਨ ਇੱਕ ਤਰ੍ਹਾਂ ਦਾ ਇੱਕ ਭਰਮ ਪੈ ਗਿਆ ਕਿ ਇੱਦਾਂ ਨਾ ਹੋਵੇ ਕਿਤੇ। ਜੇ ਉਹਦੇ ਮੁਕਾਬਲੇ ਦੇ ਵਿੱਚ ਬਾਕੀ ਵੇਖੀਏ, ਚਾਹੇ ਉਹ ਤੇਲੰਗਾਨਾ, ਚਾਹੇ ਉਹ ਹਰਿਆਣਾ, ਚਾਹੇ ਉਹ ਹਿਮਾਚਲ ਜਾਂ ਹੋਰ ਬਾਕੀ ਸੂਬੇ ਜਿਹੜੇ ਬਣੇ ਉਸ ਤੋਂ ਬਾਅਦ, ਉਹਨਾਂ ਨੂੰ ਇੱਕ ਪਾਣੀ ਦਾ ਗਲਾਸ ਰੋੜੇ ਤੋਂ ਬਗੈਰ ਉਹਨਾਂ ਨੂੰ ਉਹ ਸੂਬੇ ਮਿਲੇ, ਉਹਨਾਂ ਨੂੰ ਪੂਰੇ ਹੱਕ ਮਿਲੇ। ਕਹਿਣ ਤੋਂ ਮਤਲਬ ਵੀ ਉੱਥੇ ਹਰ ਸਿੱਖ ਨੇ ਪੰਜਾਬੀ ਸੂਬਾ ਮੰਗਣ ਵਾਸਤੇ ਜੇਲ੍ਹਾਂ ਮੰਗੀ ਦਿੱਤੀਆਂ, ਆਪਣੇ ਘਰਾਂ ਦੇ ਕੁਰਕੀਆਂ ਕਰਾਈਆਂ, ਘਰ ਬਾਰ ਤਬਾਹ ਕਰਤੇ ਸਰਕਾਰਾਂ ਨੇ, ਲੇਕਿਨ ਇਹਦੇ ਮੁਕਾਬਲੇ ਵਿੱਚ ਬਾਕੀ ਸੂਬਿਆਂ ਨੂੰ ਜਿਹੜੇ ਸੂਬੇ ਮਿਲੇ ਆ, ਉਹਨਾਂ 'ਤੇ ਉਹਨਾਂ ਨੂੰ ਤਾਂ ਪਾਣੀ ਦਾ ਗਲਾਸ ਨਹੀਂ ਰੋੜਨਾ ਪਿਆ, ਇੱਥੇ ਤਾਂ ਹੀ ਖੂਨ ਰੋਲਿਆ। ਸੋ ਦੂਜਾ ਜਿਹੜਾ ਵਿਵਾਦ ਹੈ ਕਾਫੀ ਭਖਦਾ ਜਾ ਰਿਹਾ, ਉਹ ਸੰਤ ਢੰਡਰੀਆਂ ਵਾਲਾ ਵਰਸਸ ਟਕਸਾਲ ਸੀ, ਸ਼ੁਰੂ ਹੋਇਆ ਸੀ ਸ਼ਬੀਲ ਵਾਲਾ ਕਾਂਡ, ਸਾਰਿਆਂ ਨੂੰ ਪਤਾ ਹੈ। ਸੋ ਉਹ ਹੁਣ ਵਿਵਾਦ ਹੈ, ਬਹੁਤ ਜ਼ਿਆਦਾ ਖੁੱਲ੍ਹੇ ਰੂਪ 'ਚ ਸਾਹਮਣੇ ਆ ਰਿਹਾ ਉਹ ਵਿਵਾਦ, ਹੁਣ ਅਕਾਲ ਤਖ਼ਤ ਵਰਸਸ ਢੰਡਰੀਆਂ ਵਾਲਾ ਵੀ ਬਣਦਾ ਜਾ ਰਿਹਾ। ਡੇਟਲਾਈਨ ਟੋਰਾਂਟੋ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਡੇਟਲਾਈਨ ਟੋਰਾਂਟੋ ਦੇ ਵਿੱਚ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ, ਕਰੋਨਾ ਵਾਇਰਸ ਜਿਹੜਾ ਕਿ ਲੱਗਦਾ ਸੀ ਸਿਰਫ ਚੀਨ ਤੱਕ ਸੀਮਤ ਹੈ, ਹੁਣ ਪੂਰੇ ਦੁਨੀਆ ਨੂੰ ਆਪਣੇ ਕਲਾ ਵਿੱਚ ਲੈਂਦਾ ਨਜ਼ਰ ਆ ਰਿਹਾ। ਕੈਨੇਡਾ ਵੀ ਉਹਦੇ ਤੋਂ ਬਾਹਰ ਨਹੀਂ ਹੈ। ਅੱਜ ਹੀ ਜਿਹੜਾ ਕੈਨੇਡਾ ਦਾ ਸੈਂਟਰਲ ਬੈਂਕ ਹੈ ਉਹਨੇ ਇੰਟਰਸਟ ਰੇਟ ਵੀ ਇਸੇ ਗੱਲ ਨੂੰ ਦੇਖ ਕੇ ਘਟਾ ਦਿੱਤਾ ਕਿ ਇਕੋਨਮੀ ਦੇ ਉੱਤੇ ਜਿਹੜਾ ਅਸਰ ਹੈ ਉਹ ਬਹੁਤ ਡੂੰਘਾ ਅਤੇ ਲੰਬਾ ਸਮਾਂ ਚੱਲਣ ਵਾਲਾ ਹੁੰਦਾ ਨਜ਼ਰ ਆ ਰਿਹਾ। ਜਦੋਂ ਤੋਂ ਹੀ ਇਕੋਨਮੀ ਗਲੋਬਲਾਈਜ਼ ਹੋਈ ਹੈ, ਹਰ ਚੀਜ਼ ਗਲੋਬਲਾਈਜ਼ ਹੋ ਗਈ ਹੈ। ਕੋਈ ਵੀ ਸੰਕਟ ਆਉਂਦਾ, ਚਾਹੇ ਉਹ ਜਿਵੇਂ ਕਰੋਨਾ ਵਾਇਰਸ ਹੈਲਥ ਦਾ ਸੰਕਟ ਹੈ, ਉਹ ਵੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ। ਕੋਈ ਆਰਥਿਕ ਸੰਕਟ ਆਉਂਦਾ, ਉਹ ਵੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ। ਸੋ ਪੂਰੀ ਦੁਨੀਆ ਇੱਕ ਪਿੰਡ ਬਣ ਗਈ ਹੈ, ਉਸੇ ਪਿੰਡ ਕਰਕੇ ਹੁਣ ਸਾਰੇ ਪਿੰਡ ਦੇ ਵਾਸੀ ਹੈ। ਜੇ ਇੱਕ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਸਾਰੇ ਜਗ੍ਹਾ ਦੇ ਉੱਤੇ ਉਹਦਾ ਅਸਰ ਦੇਖਣ ਨੂੰ ਮਿਲਦਾ। ਸੋ ਚਾਈਨਾ ਨਾਲ ਸੰਬੰਧਿਤ ਕਿਉਂਕਿ ਕ੍ਰਾਈਸਿਸ ਹੈ, ਉਹੀ ਵਰਲਡਵਾਈਡ ਉਹਦੀਆਂ ਜਿਹੜੀਆਂ ਪਰਤਾਂ ਦੇਖਣ ਨੂੰ ਮਿਲ ਰਹੀਆਂ। ਇਸੇ ਕਰਕੇ ਅੱਜ ਮਹਿਮਾਨ ਦੇ ਤੌਰ ਦੇ ਉੱਤੇ ਅਸੀਂ ਕਮਲਜੀਤ ਸਿੰਘ ਕਮਲ ਹੋਣਾ ਨੂੰ ਸੱਦਿਆ, ਜਿਹੜੇ ਕਿ ਚਾਈਨਾ ਅਕਸਰ ਆਪਣੇ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਜਾਂਦੇ ਰਹਿੰਦੇ ਨੇ, ਉੱਥੋਂ ਵਾਹ ਵਾਸਤਾ ਹੈ ਚਾਈਨਾ ਨਾਲ, ਉਹ ਕਿਵੇਂ ਜਿਹੜੀ ਕੈਨੇਡੀਅਨ ਇਕੋਨਮੀ ਉਹਦੇ ਉੱਤੇ ਅਸਰ ਪੈਣ ਵਾਲਾ, ਉਹਦੇ ਉੱਤੇ ਅਸੀਂ ਵੱਖ ਵੱਖ
ਪਹਿਲੂਆਂ 'ਤੇ ਗੱਲ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਕਮਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸੋ ਜਿਵੇਂ ਮੈਂ ਕਿਹਾ ਕਿ ਜਿਹੜਾ ਕਰੋਨਾ ਵਾਇਰਸ ਹੈ ਜੀ, ਪਹਿਲਾਂ ਲੱਗਦਾ ਸੀ ਕਿ ਸ਼ਾਇਦ 2-4 ਦਿਨਾਂ ਦੀ ਗੱਲ ਹੈ, ਹਫ਼ਤੇ 10 ਦਿਨ 'ਚ ਕੰਟਰੋਲ ਹੋ ਜਾਏਗਾ, ਚਾਈਨਾ ਤੱਕ ਸੀਮਤ ਹੈ। ਹੁਣ ਤਾਂ ਇਟਲੀ ਤੋਂ ਲੈ ਕੇ, ਇਰਾਨ ਤੋਂ ਲੈ ਕੇ, ਕੈਨੇਡਾ ਤੱਕ ਵੀ ਪਹੁੰਚ ਗਿਆ, ਭਾਰਤ ਤੱਕ, ਹਰ ਜਗ੍ਹਾ ਹਰ ਕੋਨਾ ਦੁਨੀਆ ਦਾ ਪ੍ਰਭਾਵਿਤ ਹੁੰਦਾ ਨਜ਼ਰ। ਸੋ ਤੁਸੀਂ ਚਾਈਨਾ ਦੇ ਵਿੱਚ ਕਾਫ਼ੀ ਵਾਰੀ ਗਏ ਹੈ, ਮੈਂ ਤਾਂ ਗਿਆ ਨਹੀਂ, ਸਾਡੇ ਬਹੁਤ ਸਾਰੇ ਦਰਸ਼ਕ ਵੀ ਹੋ ਸਕਦਾ ਨਾ ਗਏ ਹੁਣ ਚਾਈਨਾ 'ਚ। ਸੋ ਉੱਥੇ ਜਿਹੜੀ ਸਥਿਤੀ ਹੈ, ਕਿਉਂਕਿ ਜਿਸ ਤਰ੍ਹਾਂ ਦੀ ਤੁਸੀਂ ਤਾਂ ਉਹਦਾ ਫਾਇਦਾ ਵੀ ਉਠਾਇਆ, ਜੋ ਚੀਨ ਦੀ ਤਰੱਕੀ ਹੈ, ਆਰਥਿਕ ਤਰੱਕੀ ਹੈ, ਇੰਡਸਟਰੀਲਾਈਜੇਸ਼ਨ ਹੈ, ਪ੍ਰੋਡਕਸ਼ਨ ਹੈ, ਸੋ ਉਹਦਾ ਫਾਇਦਾ ਵੀ ਤੁਸੀਂ ਉਠਾਇਆ, ਤੁਸੀਂ ਜਾਂਦੇ ਰਹਿੰਦੇ ਹੋ। ਸੋ ਹੁਣ ਤਾਂ ਹਰ ਚੀਜ਼ ਦੇ ਵਿੱਚ ਐਂ ਲੱਗਦਾ ਕਿ ਕਰੋਨਾ ਵਾਇਰਸ ਹੈ ਜਿਹੜਾ, ਉਹਦਾ ਅਸਰ ਦਿਖਣ ਨੂੰ ਮਿਲਿਆ। ਦੇਖੋ ਜੀ, ਗੱਲ ਇਹ ਆ ਵੀ ਚਾਈਨਾ ਨੂੰ ਲੋਕ ਕਿਉਂ ਗਏ? ਇੱਕ ਤਾਂ ਉੱਥੇ ਜਿਹੜੀ ਲੇਬਰ ਸਸਤੀ ਹੈ, ਇੱਕ ਟੈਕਨੋਲੋਜੀ ਉਹਨਾਂ ਦੇ ਕੋਲ ਜਿਹੜੀ ਹੈਗੀ ਆ ਉਹ ਕਿਤੇ ਵੀ ਨਹੀਂ ਹੈਗੀ। ਮੇਰੇ ਵੇਖਣ ਦੀ ਗੱਲ ਹੈ ਕਿ ਮੈਂ 10 ਸਾਲ ਆਪਣੀ ਮੈਂ ਇੱਕ ਬਿਜ਼ਨਸ ਡਾਇਰੈਕਟਰੀ ਕੱਢਦਾ ਇੱਥੇ ਪੰਜਾਬੀ ਭਾਈਚਾਰੇ 'ਚ, ਵਤਨੋਂ ਪਾਰ ਪੰਜਾਬੀ, ਉਹ ਮੈਂ 10 ਸਾਲ ਇੱਥੇ ਲੋਕਲ 'ਚ ਪਾਈ ਹੈ। ਕਈ ਤਰ੍ਹਾਂ ਦੀਆਂ ਪ੍ਰੋਬਲਮ ਮੈਨੂੰ ਆ ਰਹੀਆਂ ਸੀ, ਪ੍ਰਾਈਸ ਵਾਈਜ਼ ਵੀ, ਹੋਰ ਵੀ ਤਰ੍ਹਾਂ ਦੀਆਂ। ਮੈਨੂੰ ਕੋਈ ਦੋਸਤਾਂ ਨੇ ਸਲਾਹ ਦਿੱਤੀ ਕਿ ਤੂੰ ਚਾਈਨਾ ਜਾ, ਮੇਰਾ ਚਾਈਨਾ 'ਚ ਕੋਈ ਵਾਕਫ ਨਹੀਂ ਸੀ ਹੈਗਾ। ਮੈਂ ਸਰਚ ਮਾਰੀ, ਸਰਚ ਮਾਰ ਕੇ 3 ਸ਼ਹਿਰਾਂ ਦੀ, ਹੈਂਗਜ਼ੋਂਗ, ਗੌਂਗਜ਼ੋਂ ਅਤੇ ਸ਼ੈਨਜਾਨ, 3 ਸ਼ਹਿਰਾਂ 'ਚ ਮੈਂ ਗਿਆ। ਜਾ ਕੇ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ, ਜਾਣ ਲੱਗਿਆ ਮੈਨੂੰ ਬੜਿਆਂ ਲੋਕਾਂ ਨੇ ਡਰਾਇਆ ਕਿ ਉੱਥੇ ਮਾਰ ਦਿੰਦੇ ਆ, ਉੱਥੇ ਇਹ ਕਰਦੇ, ਉਹ ਕਰਦੇ, ਕੁਛ ਵੀ ਹੋਇਆ, ਲੇਕਿਨ ਮੈਂ ਗਿਆ। ਜਾ ਕੇ ਮੈਂ ਦੇਖਿਆ ਉੱਥੋਂ ਦਾ ਸਿਸਟਮ, ਜਦੋਂ ਵੇਖ ਕੇ ਮੈਂ ਬੜਾ ਹੈਰਾਨ ਹੋਇਆ, ਕਿਉਂਕਿ ਮੈਂ ਇੱਥੇ ਪ੍ਰਿੰਟਿੰਗ ਕਰਾਉਂਦਾ ਅਤੇ ਉਹ ਇੱਕ ਸਾਈਡ 'ਤੇ ਛਾਪ ਕੇ ਉਹਨੂੰ ਸੁਕਾ ਕੇ ਅਗਲੇ ਦਿਨ ਸਵੇਰੇ ਦੂਜੀ ਪਾਸਾ ਛਾਪਦੇ। ਉੱਥੇ ਪ੍ਰੈੱਸਾਂ ਲੱਗੀਆਂ ਸੀ ਜਿਹੜੀਆਂ ਕਿ ਇੱਕੇ ਟਾਈਮ 'ਤੇ ਦੋਵੇਂ ਪਾਸੇ ਛਾਪੀ ਜਾ ਰਹੀਆਂ। ਸੋ ਮਤਲਬ ਉੱਥੇ ਜਿਹੜਾ ਟੈਕਨੋਲੋਜੀ ਵਾਈਜ਼ ਬਹੁਤ ਵਧੀਆ ਸੀਗਾ। ਫਿਰ ਜਿੱਥੇ ਤੱਕ ਤੁਸੀਂ ਜਿਹੜੀ ਕਰੋਨਾ ਵਾਇਰਸ ਹੋਣ ਦੀ ਗੱਲ ਹੈ ਕਰ ਰਹੇ ਜੇ, ਉੱਥੇ ਖਾਣ ਪੀਣ ਦੀ ਬੜੀ ਵੱਡੀ ਪ੍ਰੋਬਲਮ ਸੀ। ਜਦੋਂ ਪਹਿਲੀ ਵਾਰੀ ਮੈਂ ਗਿਆ, ਅੱਜ ਤੋਂ ਕੋਈ 9 ਸਾਲ ਪਹਿਲਾਂ ਮੈਂ ਪਹਿਲੀ ਵਾਰੀ ਚਾਈਨਾ ਜਿਹੜਾ ਉਹ ਵਿਜ਼ਿਟ ਕੀਤਾ ਹੈ। ਮੈਂ ਉੱਥੇ 6 ਦਿਨ ਰਿਹਾ ਅਤੇ 6 ਦਿਨ ਮੈਂ ਫਰੂਟ 'ਤੇ, ਦੁੱਧ 'ਤੇ, ਆਂਡਿਆਂ 'ਤੇ ਅਤੇ ਬ੍ਰੈਡ 'ਤੇ, ਇਹਨਾਂ 4 ਚੀਜ਼ਾਂ 'ਤੇ ਆਪਣੇ ਸਰਵਾਈਵ ਕੀਤਾ। ਕਿਉਂਕਿ ਉਹ ਜੋ ਕੁਝ ਉਹ ਖਾਈ ਜਾਂਦੇ ਸੀ, ਜਿਵੇਂ ਕਿ ਹੁਣ ਦੱਸ ਰਿਹਾ ਲੋਕਾਂ ਨੂੰ, ਆਮ ਲੋਕਾਂ ਨੂੰ ਪਤਾ ਲੱਗਣ ਲੱਗਾ, ਉਹ ਸਾਰਾ ਸੱਪ ਵੀ ਖਾਈ ਜਾਂਦੇ ਉੱਥੇ, ਚਮਗਿੱਦੜ ਵੀ ਖਾਈ ਜਾਂਦੇ ਆ, ਜਿਹੜੇ ਚੂਹੇ ਵੀ ਖਾਈ ਜਾਂਦੇ ਆ, ਜੋ ਲੱਭਦਾ ਸਭ ਉਹ ਖਾਈ ਜਾਂਦੇ, ਉਹ ਆਪਣੇ ਵੱਸ ਦੀ ਗੱਲ ਨਹੀਂ ਸੀ। ਸੋ ਇਹ ਉਦੋਂ ਵੀ ਲੱਗਦਾ ਸੀ ਮੈਨੂੰ ਵੀ ਇਹ ਕਿਸੇ ਦਿਨ ਨੂੰ ਕੁਛ ਨਾ ਕੁਛ ਹੋਏਗਾ। ਮੈਂ ਉੱਥੇ 3-4-5 ਵਿਜ਼ਿਟ ਕੀਤੀਆਂ ਮੈਂ ਚਾਈਨਾ ਦੇ ਵਿੱਚ। ਫਿਰ ਅਸੀਂ ਪਿਛਲੇ ਸਾਲ ਛੱਡ ਦਿੱਤਾ ਚਾਈਨਾ ਤੋਂ, ਪਿਛਲੇ ਸਾਲ ਹੀ ਕੁਦਰਤੀ ਸਾਨੂੰ ਇੱਥੇ ਲੋਕਲ ਪ੍ਰਿੰਟਰ, ਉਹ ਹੀ ਸਾਰੀ ਟੈਕਨੋਲੋਜੀ ਇੱਥੇ ਵੀ ਹੁਣ ਆ ਗਈ ਹੈ, ਉੱਦਾਂ ਦੀਆਂ ਪ੍ਰੈੱਸਾਂ ਲੱਗ ਗਈਆਂ ਇੱਥੇ, ਅਤੇ ਉਹ ਟੈਕਨੋਲੋਜੀ ਇੱਥੇ ਆਉਣ ਕਰਕੇ। ਇੱਕ ਦੂਜਾ ਜਿਹੜਾ ਇੱਥੋਂ ਦਾ ਇਕੋਨੋਮੀ ਦੀ ਆਪਾਂ ਗੱਲ ਕਰ ਰਹੇ ਸੀ, ਜਿਹੜਾ ਕੈਨੇਡੀਅਨ ਉਹ ਲੈਂਦੇ ਸਾਰੇ, ਜਿੰਨੀ ਵੀ ਉਹ ਲੈਂਦੇ ਆਪਣੀ ਮਨੀ, ਉਹ ਅਮੈਰੀਕਨ ਡਾਲਰ 'ਚ ਲੈਂਦੇ ਆ ਟ੍ਰੇਡ ਸਾਰਾ ਅਮੈਰੀਕਾ, ਉਹ ਸਾਰਾ ਟ੍ਰੇਡ ਜਿਹੜਾ ਅਮੈਰੀਕਨ ਡਾਲਰ 'ਚ। ਹੁਣ ਅਮੈਰੀਕਨ ਡਾਲਰ ਜਿਹੜਾ ਜਿਹਨਾਂ ਦਿਨਾਂ 'ਚ ਅਸੀਂ ਡਾਇਰੈਕਟਰੀ 'ਚ ਪਾਉਂਦੇ ਹਾਂ, ਉਹਨਾਂ ਦਿਨਾਂ ਦੇ ਵਿੱਚ ਉਹ 74 ਸੈਂਟ 'ਤੇ, 73 ਸੈਂਟ 'ਤੇ ਆਇਆ ਹੁੰਦਾ, ਅਗੀਬ 'ਤੇ ਮੁੜ 76, 77, 78 'ਤੇ ਪਹੁੰਚ ਜਾਂਦਾ। ਪਰ ਲੇਕਿਨ ਜਿਹਨਾਂ ਦਿਨਾਂ 'ਚ ਅਸੀਂ ਭੇਜਦੇ ਹਾਂ ਪੈਸੇ, ਉਹ ਸਾਨੂੰ ਉਹ ਵੀ ਬੜਾ ਧੱਕਾ ਲੱਗਦਾ ਸੀ। ਫਿਰ ਜਦੋਂ ਇੱਥੇ ਅਸੀਂ ਵੇਖਿਆ ਵੀ ਟੈਕਨੋਲੋਜੀ ਸਾਰੀ ਉਹੀ ਆ, ਪੇਪਰ ਵੀ ਉਹੀ, ਵੁੱਡ ਫਰੀ ਇੱਥੇ ਮਿਲ ਰਿਹਾ, ਅਤੇ ਕਿਉਂ ਨਾ ਇੱਥੇ ਛਪਾਈ ਜਾਵੇ, ਠੀਕ ਆ, ਥੋੜ੍ਹੇ ਜਿਹੇ ਪੈਸੇ ਸਾਡੇ ਜ਼ਿਆਦਾ ਲੱਗੇ, ਲੇਕਿਨ ਅਸੀਂ ਪਿਛਲੇ ਸਾਲ ਹੀ ਉਹ ਸਾਰਾ ਕੁਝ ਇੱਥੋਂ ਮੂਵ ਕਰਕੇ ਅਤੇ ਇੱਥੇ ਲਿਆਂਦਾ ਲੋਕਲ। ਔਰ ਮੈਨੂੰ ਨਹੀਂ ਪਤਾ ਸੱਚੇ ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਰੱਖ ਲਿਆ ਕਰੋਨਾ ਵਾਇਰਸ ਤੋਂ ਬਚਾ ਲਿਆ, ਵੀ ਉੱਥੇ ਫਿਰ ਜਾਂਦੇ ਤਾਂ ਪਤਾ ਨਹੀਂ ਕੀ ਹੁੰਦਾ, ਜਾਂ ਸਾਡੀ ਡਾਇਰੈਕਟਰੀ ਇੱਥੇ ਆਉਂਦੀ ਅਤੇ ਲੋਕ ਉਹਨੂੰ ਹੱਥੀ ਨਾ ਲਾਉਂਦੇ ਵੀ ਇਹਦੇ ਕਰੋਨਾ ਵਾਇਰਸ ਵਾਲੀ ਹੈ। ਅਤੇ ਸੋ ਇਹ ਜਿਹੜੀਆਂ ਚਾਈਨਾ ਤੋਂ ਕੰਮ ਕਰਵਾਉਣਾ ਅਤੇ ਇੱਥੇ ਲੈ ਕੇ ਆਉਣਾ, ਉਹਦੇ 'ਚ ਕਈ ਤਰ੍ਹਾਂ ਦੀਆਂ ਕੰਪਲੀਕੇਸ਼ਨ ਵੀ ਸੀ, ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਸੀਗੀਆਂ, ਟੈਕਨੋਲੋਜੀ ਵਾਈਜ਼ ਵੀ, ਪੈਸਿਆਂ ਪੱਖੋਂ ਵੀ, ਫਿਰ ਟਾਈਮ ਪੱਖੋਂ ਵੀ। ਫਿਰ ਉੱਥੋਂ ਜਦੋਂ ਆਉਂਦਾ ਸੀ ਸਮਾਨ, ਉਹ 17 ਦਿਨ 'ਚ ਚਾਈਨਾ ਤੋਂ ਅਤੇ ਵੈਨਕੂਵਰ ਪਹੁੰਚ ਜਾਂਦਾ ਸੀ, ਪਰ ਵੈਨਕੂਵਰ ਤੋਂ ਟੋਰਾਂਟੋ ਪਹੁੰਚਣ ਲੱਗਿਆ ਕਈ ਵਾਰੀ ਉਹਨੂੰ ਮਹੀਨਾ ਲੱਗਦਾ ਸੀ, ਕਿਤੇ ਟਰੱਕਾਂ ਦੀ ਹੜਤਾਲ ਹੋ ਗਈ, ਕਿਤੇ ਕੁਛ ਹੋ ਗਿਆ, ਕਿਤੇ ਰੇਲ ਦੀ ਹੜਤਾਲ ਹੋ ਗਈ, ਕਿਤੇ ਰੇਲ ਦੇ ਕੰਮ 'ਚ ਚਲੇ ਗਏ। ਸੋ ਕਈ ਤਰ੍ਹਾਂ ਦੀਆਂ ਮੁਸੀਬਤਾਂ 'ਚ ਲੰਘਣ ਤੋਂ ਬਾਅਦ ਪਿਛਲੇ ਸਾਲ ਅਸੀਂ ਸੋਚਿਆ ਜੇ ਟੈਕਨੋਲੋਜੀ ਇੱਥੇ ਹੈਗੀ ਹੈ ਅਤੇ ਥੋੜ੍ਹਾ ਜਿਹਾ ਮਹਿੰਗਾ ਹੀ ਸੀ, ਪਰ ਇੱਥੇ ਕੰਮ ਕਰਾਇਆ ਜਾਵੇ। ਸੋ ਤੁਸੀਂ ਇੱਥੇ ਬਿਜ਼ਨਸ ਵੀ ਕਰਦੇ ਹੋ, ਲੋਕਲ ਬਿਜ਼ਨਸ ਦੇ ਆਲੇ ਦੁਆਲੇ ਤੁਸੀਂ ਘੁੰਮਦੇ ਆ ਜੀ, ਸੋ ਕਿਹੋ ਜਿਹਾ ਅਸਰ ਹੈ? ਅਸਰ ਤਾਂ ਹੈਗਾ ਜੀ, ਦੇਖੋ ਜੀ, ਪਿਛਲੇ ਸਾਲ ਨਾਲੋਂ ਅਸਰ ਐਤਕੀ ਹੈ, ਬਿਜ਼ਨਸ ਘੱਟ ਆ। ਜਿੱਦਾਂ ਗੱਲ ਕਰੀ ਦੀ ਉਹ ਹੀ ਕਹਿੰਦਾ ਜੀ ਬਿਜ਼ਨਸ ਘੱਟ ਆ, ਕਿਉਂਕਿ ਸਾਡਾ ਸਿੱਧਾ ਵਾਹ ਵਾਸਤਾ ਬਿਜ਼ਨਸਮੈਨ ਨਾਲ ਆ, ਬੀਇੰਗ ਏ ਡਾਇਰੈਕਟਰੀ ਦੇ ਓਨਰ ਹੋਣ ਕਰਕੇ, ਕਿਉਂਕਿ ਲੋਕ ਐਡਵਰਟਾਈਜ਼ ਕਰਨਗੇ ਤਾਂ ਸਾਨੂੰ ਪੈਸੇ ਮਿਲਣਗੇ, ਲੋਕ ਐਡਵਰਟਾਈਜ਼ ਤਾਂ ਹੀ ਕਰਨਗੇ ਜੇ ਉਹਨਾਂ ਕੋਲ ਪੈਸੇ ਹੋਣਗੇ, ਅਤੇ ਲੋਕ ਐਡਵਰਟਾਈਜ਼ ਤਾਂ ਹੀ ਕਰਨਗੇ ਜੇ ਉਹਨਾਂ ਨੂੰ ਲੱਗੇਗਾ ਕਿ ਸਾਡੇ ਬਿਜ਼ਨਸ ਦਾ ਪਸਾਰਾ ਹੋ ਰਿਹਾ। ਅਤੇ ਜੇ ਉਹਨਾਂ ਨੂੰ ਇਹ ਲੱਗਦਾ ਹੋਵੇ ਵੀ ਇਹ ਬਿਜ਼ਨਸ 'ਤੇ ਘੱਟਦਾ ਜਾ ਰਿਹਾ, ਅਤੇ ਉਹ ਨੈਚੁਰਲੀ ਆ ਕਿ ਉਹ ਐਡਵਰਟਾਈਜ਼ਮੈਂਟ ਵਿੱਚ ਜਾਂ ਹੋਰ ਥਾਂ 'ਤੇ ਇਨਵੈਸਟ ਕਰਨ ਲੱਗੇ, 100 ਵਾਰ ਸੋਚਣਗੇ। ਔਰ ਇਹ ਜਿਹੜਾ ਇਹਦਾ ਇਕੋਨਮੀ ਦਾ ਅਸਰ ਜਿਹੜਾ ਵਰਲਡ ਵਾਈਡ ਹੋਇਆ,
ਚਾਹੇ ਉਹ ਨਿਰਾ ਕਰੋਨਾ ਵਾਇਰਸ ਦਾ ਅਸਰ ਚਾਈਨਾ 'ਚ ਹੀ ਨਹੀਂ ਹੋਇਆ, ਕੈਨੇਡਾ, ਅਮੈਰੀਕਾ, ਇਟਲੀ, ਜਪਾਈ, ਈਵਨ ਇੱਥੋਂ ਤੱਕ ਕਿ ਅੱਜ ਮੈਂ ਇੱਕ ਈਮੇਲ ਪੜ੍ਹ ਰਿਹਾ ਸਾਂ ਕਿਸੇ ਲੁਧਿਆਣੇ ਦੀ ਕੰਪਨੀ ਆ, ਉਹਨਾਂ ਨੇ ਇੱਕ ਟਰੈਵਲ ਏਜੰਸੀ ਹੈ, ਉਹਨਾਂ ਨੇ ਇੱਕ ਈਮੇਲ ਭੇਜੀ ਹੈ ਕਿ ਇਹਨਾਂ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਸਫ਼ਰ ਨਾ ਕਰੋ, ਅਤੇ ਆਹ ਕੰਟਰੀਆਂ ਨੇ ਜਿਨ੍ਹਾਂ 'ਚ ਤੁਸੀਂ ਸੇਫ ਸਫ਼ਰ ਕਰ ਸਕਦੇ ਹੋ ਅਤੇ ਜਾਓ। ਉਹਨਾਂ ਦਾ ਮਤਲਬ ਤਾਂ ਟੂਰਿਜ਼ਮ ਵਾਲੇ ਪਾਸੇ ਵੀ ਉਹਨਾਂ ਦੀ ਟਿਕਟਾਂ ਵਿਕਣਗੀਆਂ ਜਾਂ ਹੋਰ ਕੁਛ ਹੈ, ਵੀ ਜੇ ਇਹਨਾਂ ਕੰਟਰੀਆਂ 'ਚ ਤੁਸੀਂ ਨਹੀਂ ਜਾ ਸਕਦੇ ਇਹਨਾਂ ਜਾਣਾ, ਮਤਲਬ ਤਾਂ ਇਹ ਸੀ, ਲੇਕਿਨ ਉਹ ਤੋਂ ਪਤਾ ਲੱਗਦਾ ਵੀ ਆਹ ਕੰਟਰੀ ਜਿਹੜੇ ਇਸ ਵੇਲੇ ਉਸ ਖਤਰਨਾਕ ਲਾਈਨ ਦੇ ਉੱਤੇ ਖੜ੍ਹੇ ਨੇ ਜਿੱਥੇ ਕਿ ਜਾਣਾ ਜਿਹੜਾ ਉਹ ਖਤਰੇ ਤੋਂ ਖਾਲੀ ਨਹੀਂ ਹੈਗਾ। ਸੋ ਜਿਹੜਾ ਅਸਰ ਹੈ, ਇੱਕ ਤਾਂ ਚਲੋ ਕੈਨੇਡੀਅਨ ਇਕਨੋਮੀ ਨੇ, ਅੱਜ ਹੀ ਮੈਂ ਇੰਟਰਸਟ ਰੇਟ ਦੀ ਗੱਲ ਕੀਤੀ, ਅੱਜ ਘਟਿਆ 10%, ਸੋ ਹਰ ਪਾਸੇ ਦੇਖਣ ਨੂੰ ਮਿਲ ਰਿਹਾ। ਜਿਹੜੇ ਚਾਈਨੀਜ਼ ਬਿਜ਼ਨਸ ਹੈ, ਜਿੱਥੇ ਚਾਈਨੀਜ਼ ਸਟੋਰ ਹੈ ਚਾਹੇ ਖਾਣ ਵਾਲੇ ਹੈ, ਉਹਦੇ ਉੱਤੇ ਵੀ ਲੋਕਾਂ ਦਾ ਜਿਹੜਾ ਜਾਣਾ ਆਉਣਾ ਬਹੁਤ ਘੱਟ ਗਿਆ ਹੋਇਆ। ਬਿਲਕੁਲ। ਸੋ ਕੈਨੇਡੀਅਨ ਇਕਨੋਮੀ ਜਿਹੜੀ ਹੈ ਇੱਕ ਪਾਸਿਓਂ ਨਹੀਂ ਇਫੈਕਟ ਹੋ ਰਹੀ, ਬਹੁਤ ਪਾਸਿਆਂ ਤੋਂ ਇਫੈਕਟ ਹੋ ਰਿਹਾ। ਦੇਖੋ ਜੀ, ਮੈਂ ਹੁਣ ਮੇਰਾ ਇੱਥੇ ਗ੍ਰੀਨ ਪਲਾਜ਼ੇ 'ਚ ਆਫਿਸ ਹੈ, ਉੱਥੇ ਇੱਕ ਚਾਈਨੀਜ਼ ਰੈਸਟੋਰੈਂਟ ਹੈ, ਉੱਥੇ ਦੁਪਹਿਰ ਵੇਲੇ ਤੁਹਾਨੂੰ ਕਾਰ ਪਾਰਕਿੰਗ ਉਹਨਾਂ ਦੇ ਸਾਹਮਣੇ ਨਹੀਂ ਮਿਲਦੀ। ਕੋਈ ਦਿਨਾਂ ਤੋਂ ਮੈਂ ਦੇਖ ਰਿਹਾ ਕਿ ਉੱਥੇ ਜਿਹੜਾ ਲੋਕਾਂ ਦਾ ਆਉਣਾ ਜਾਣਾ ਘਟਿਆ, ਇਕੱਲਾ ਇੱਥੇ ਨਹੀਂ ਹੈਗਾ, ਉੱਦਾਂ ਵੀ ਕਿਉਂਕਿ ਲੋਕ ਸਮਝਦੇ ਆ ਵੀ ਪਤਾ ਨਹੀਂ ਕਿਹੜੀ ਚੀਜ਼ ਦਾ, ਕੋਈ ਚਾਈਨੀਜ਼ ਚੀਜ਼ ਆਈ ਹੋਵੇ ਉੱਥੋਂ, ਕੋਈ ਚੀਜ਼ ਬਾਜ਼ਾਰੋਂ ਲੈ ਕੇ ਆਈ ਦੀ ਹੈ, ਉਹਨਾਂ ਦਾ ਬਹੁਤਿਆਂ ਨਹੀਂ ਪਤਾ ਵੀ ਇਹ ਚਾਈਨਾ ਦੀ ਹੈ ਜਾਂ ਹੋ ਸਕਦਾ ਕੋਈ ਚੀਜ਼ ਇੱਥੇ ਲੋਕਲ ਹੀ ਬਣਦੀ ਹੋਵੇ, ਲੇਕਿਨ ਚੁੱਕਣ ਲੱਗਿਆਂ ਸੋਚੀਦਾ ਵੀ ਯਾਰ ਇਹ ਕਿਤੇ ਸਾਡੀ ਚਾਈਨਾ ਦੀ ਨਾ ਹੋਵੇ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਅਸਰ ਕਰਦੀਆਂ ਔਰ ਲੋਕਾਂ 'ਤੇ ਅਸਰ ਕਰ ਰਹੀਆਂ ਨੇ, ਔਰ ਉਹਦੇ ਨਾਲ ਜਿਹੜਾ ਨੁਕਸਾਨ ਜਿਹੜਾ ਉਹ ਵਰਲਡ ਵਾਈਡ ਜਿਹੜਾ ਇਕੋਨੋਮੀ ਦਾ ਹੋ ਰਿਹਾ, ਜਿਹੜਾ ਕੈਨੇਡਾ ਦਾ ਨਹੀਂ ਹੋ ਰਿਹਾ, ਸਭ ਥਾਂ ਹੀ ਹੋ ਰਿਹਾ, ਕਿਉਂਕਿ ਹੁਣ ਦੇਖੋ ਤੁਸੀਂ ਕਿੰਨਾ ਸਮਾਨ ਜਿਹੜਾ ਉਹ ਇੱਥੇ ਕੰਜ਼ਿਊਮ ਹੁੰਦਾ ਕੈਨੇਡਾ ਦੇ ਵਿੱਚ, ਔਰ ਬਹੁਤ ਸਾਰੀਆਂ ਫੈਕਟਰੀਆਂ ਜਿਹੜੀਆਂ ਇੱਥੋਂ ਚੁੱਕੀਆਂ ਗਈਆਂ। ਈਵਨ ਇੱਥੋਂ ਤੱਕ ਕਿ ਤੁਸੀਂ, ਮੈਂ ਛੋਟੀ ਜਿਹੀ ਗੱਲ ਕਰਦਾ ਇੰਡਸਟਰੀ ਦੀ, ਕਿ ਇੱਥੇ ਬੋਲਟ ਬਣਦੇ ਹੁੰਦੇ ਸੀ ਪਹਿਲਾਂ ਜਦੋਂ ਅਸੀਂ ਨਵੇਂ ਨਵੇਂ ਆਏ ਹਾਂ, ਬੋਲਟ ਦੀਆਂ ਕਿਹੜੀ ਫੈਕਟਰੀਆਂ ਸੀਗੀਆਂ, ਹੌਲੀ ਹੌਲੀ ਉਹ ਜਿਹੜੀਆਂ ਸਪਲਾਈ ਕਰਦੀਆਂ ਸੀ ਬੋਲਟ, ਉਹਨਾਂ ਨੇ ਬੋਲਟ ਜਿਹੜੇ ਸੀ ਉਹਨਾਂ ਨੇ ਮੰਗਾਉਣੇ ਸ਼ੁਰੂ ਕਰਤੇ ਚਾਈਨਾ ਤੋਂ। ਚਾਈਨਾ ਤੋਂ ਫਿਰ ਇੱਕ ਕੀ ਹੋਇਆ ਕਿ ਉਹ ਬੋਲਟ ਬਣ ਕੇ ਉੱਥੋਂ ਜਦੋਂ ਸ਼ਿਪ ਹੋ ਕੇ ਆਉਂਦੇ ਸੀ ਤਾਂ ਉਹਨਾਂ ਨੂੰ 18-19 ਦਿਨ ਸ਼ਿਪਿੰਗ 'ਚ ਲੱਗਦੇ ਸੀ ਉਹਦੇ ਵਿੱਚ, ਆਪਣੇ ਸ਼ਿਪ ਦੇ ਵਿੱਚ, ਉਸ ਤੋਂ ਬਾਅਦ ਫਿਰ ਲੋਕਾਂ ਤੱਕ ਪਹੁੰਚਦੇ। ਜਿਹੜੇ ਚਾਈਨੀਜ਼ ਕੰਪਨੀਆਂ ਸੀ ਉਹਨਾਂ ਨੇ ਬੋਲਟ ਦੀਆਂ ਮਸ਼ੀਨਾਂ ਹੀ ਉਹਦੇ ਵਿੱਚ ਲਾਤੀਆਂ, ਵੱਡੇ ਜਹਾਜ਼ਾਂ ਦੇ ਵਿੱਚ, ਪਾਣੀ ਵਾਲੇ ਜਹਾਜ਼ਾਂ ਦੇ ਵਿੱਚ, ਅਤੇ ਉੱਥੇ ਵਿੱਚ ਹੀ ਬਣ ਬਣ ਕੇ ਨਾਲ ਉਹ ਟਾਈਮ ਲੱਗਦਾ ਰਹਿੰਦਾ, ਉਹ ਵਿੱਚ ਹੀ ਬਣ ਕੇ ਇੱਥੋਂ ਤੱਕ ਪਹੁੰਚਦੀਆਂ ਰਹੀਆਂ, ਉਹ ਸਾਰਾ ਕੁਝ ਜਿਹੜਾ ਉਹ ਘੱਟ ਜਾਣਾ। ਜਿਹੜੀ ਮੈਨੂਫੈਕਚਰਿੰਗ ਨੌਰਥ ਅਮਰੀਕਾ ਨੇ ਸਪੈਸ਼ਲੀ ਬੰਦ ਕੀਤੀ ਸੀ, ਉਹ ਸਾਰੀ ਫਿਰ ਉਹਨੂੰ ਇਹ ਕਹਿ ਕੇ ਕਿ ਇਹ ਡਰਟੀ ਵਰਕ ਹੈ ਅਤੇ ਬਹੁਤ ਜ਼ਿਆਦਾ ਲੇਬਰ ਇੰਟੈਂਸਿਵ ਹੈ, ਠੀਕ ਹੈ, ਇਹਦੇ 'ਚ ਪ੍ਰੋਫਿਟ ਘੱਟ ਹੈ, ਘੱਟ ਹੈ। ਸੋ ਉਹ ਚੀਜ਼ਾਂ ਹੁਣ ਉੱਥੋਂ ਬਣ ਕੇ ਆਉਂਦੀਆਂ, ਉੱਥੋਂ ਬਣ ਕੇ ਆਉਂਦੀਆਂ ਸੀ, ਓਵਰਨਾਈਟ ਹੁਣ ਫੈਕਟਰੀਆਂ ਤਾਂ ਵਾਪਸ ਨਹੀਂ ਆ ਸਕਦੀਆਂ। ਸੋ ਅਸਰ ਜਿਹੜਾ ਜਿਹੜਾ ਦੂਰ ਤੱਕ ਜਾਏਗਾ, ਦੂਰ ਤੱਕ ਫਿਰ ਦੂਰ ਕੀ ਜਾਂਦੇ ਹੋ ਤੁਸੀਂ, ਡਾਲਰ ਸਟੋਰ ਹੈ, ਡਾਲਰ ਸਟੋਰ 'ਤੇ ਆਪਾਂ ਜਾਂਦੇ ਹਾਂ ਜਾਂ ਡਾਲਰ ਅਮਾ 'ਤੇ ਜਾਂਦੇ ਹਾਂ, ਤੁਸੀਂ ਕੋਈ ਚੀਜ਼ ਕਹਿ ਕੇ ਦੇਖੋ ਉੱਥੇ ਮੇਡ ਇਨ ਚਾਈਨਾ ਲਿਖਿਆ ਹੁੰਦਾ। ਉਹ ਹੁਣ ਕੋਈ ਬੰਦਾ ਚੀਜ਼ ਖਰੀਦਣ ਲੱਗਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਆ ਕੋਈ, ਉਹ ਖਰੀਦਣ ਤੋਂ ਪਹਿਲਾਂ 100 ਵਾਰੀ ਸੋਚੇਗਾ ਯਾਰ ਇਹ ਚਾਈਨਾ ਦਾ ਹੈ, ਪਤਾ ਨਹੀਂ ਇਹਨੂੰ ਵਾਇਰਸ ਨਾ ਹੋਵੇ ਇਹਦੇ 'ਚ, ਇਹਨੂੰ ਹੱਥ ਨਾ ਲੱਗ ਜਾਏ। ਇੱਥੋਂ ਤੱਕ ਕਿ ਆਪਾਂ ਇੱਕ ਦੂਜੇ ਨੂੰ ਕਹਿ ਰਹੇ ਹਾਂ ਕਿ ਹੱਥ ਨਾ ਮਿਲਾਓ ਕਿਸੇ ਨੂੰ, ਜਾਂ ਕਿਸੇ ਦੇ ਬਹੁਤਾ ਨੇੜੇ ਨਾ ਜਾਓ, ਜਾਂ ਕੋਈ ਛਿੱਕ ਆਉਂਦੀ ਹੈ ਕਿਸੇ ਨੂੰ, ਖੰਘ ਆਉਂਦੀ ਹੈ, ਉਹਦੇ ਨੇੜੇ ਨਾ ਜਾਓ, ਭਾਵੇਂ ਵਿਚਾਰਾ ਉੱਦਾਂ ਹੀ ਰੈਗੂਲਰ ਹੀ ਹੋਵੇ ਉਹਨੂੰ, ਲੇਕਿਨ ਇੱਕ ਤਰ੍ਹਾਂ ਦਾ ਇੱਕ ਭਰਮ ਪੈ ਗਿਆ ਕਿ ਇੱਦਾਂ ਨਾ ਹੋਵੇ ਕਿਤੇ, ਅਤੇ ਇਹ ਭਰਮ ਜਿਹੜਾ ਆਮ ਲੋਕਾਂ ਤੱਕ ਇੱਥੋਂ ਤੱਕ ਚੱਲ ਪਿਆ ਕਿ ਕੋਈ ਚੀਜ਼ ਜਿਹੜੀ ਚਾਈਨਾ ਦੀ ਖਰੀਦਾਂ ਕਿਤੇ ਉਹਦੇ 'ਚ ਵਾਇਰਸ ਹੀ ਨਾ ਹੋਵੇ, ਜਾਂ ਉਹਦੀ ਪੈਕਿੰਗ ਦੇ ਵਿੱਚ ਵਾਇਰਸ ਨਾ ਹੋਵੇ, ਜਾਂ ਉਹਦੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੇ ਹੱਥ ਨਾਲ ਲੱਗੇ ਹੋਣ ਉੱਥੇ। ਸੋ ਇਹ ਬਹੁਤ ਲੰਮਾ ਸਮਾਂ ਤੱਕ ਰਹੇਗਾ ਜੋ ਲੱਗਦਾ, ਔਰ ਇਹਦਾ ਅਸਰ ਜਿਹੜਾ ਸਾਰੀ ਇਕੋਨਮੀ 'ਤੇ ਵੀ ਹੋਏਗਾ ਔਰ ਲੋਕਾਂ 'ਤੇ ਵੀ ਹੋਏਗਾ, ਕਿਉਂਕਿ ਜਿਹੜੇ ਲੋਕਲ ਅਗਰ ਪ੍ਰੋਡਕਟ ਖਰੀਦੋਗੇ ਤੁਸੀਂ ਉਹ ਮਹਿੰਗੇ ਵੀ ਮਿਲਣਗੇ ਤੁਹਾਨੂੰ, ਕਿਉਂਕਿ ਜਿਹੜੇ ਸਸਤੇ ਮਿਲਦੇ ਸੀਗੇ ਚਾਈਨਾ ਤੋਂ ਸਮਾਨ ਜਿਹੜਾ ਆਉਂਦਾ ਸੀ ਉਹ ਲਗਭਗ ਸਸਤਾ ਹੁੰਦਾ ਸੀ, ਹੁਣ ਉਹ ਚੀਜ਼ ਜਿਹੜੀ ਡਾਲਰਾਮਾ 'ਤੇ ਜਿਹੜੀ ਤੁਹਾਨੂੰ ਡਾਲਰ ਜਾਂ 2 ਡਾਲਰ ਦੀ ਮਿਲ ਜਾਂਦੀ ਹੈ, ਉਹ ਤੁਸੀਂ ਉੱਦਾਂ ਕਿਸੇ ਹੋਰ ਸਟੋਰ ਤੋਂ ਖਰੀਦੋ ਤਾਂ ਉਹ 10-12 ਡਾਲਰ ਦੀ ਵੀ ਹੁੰਦੀ ਕਈ, ਕਿ ਜਿਹੜੀ ਲੋਕਲ ਇੱਥੋਂ ਦੀ ਬਣੀ ਆ ਕੁਛ, ਇੱਦਾਂ ਦੇ ਜਿਹੜੇ ਅਸਰ ਨੇ ਉਹ ਵੀ ਸਾਡੇ 'ਤੇ ਹੋਣ ਵਾਲੇ ਨੇ, ਜਿਹੜੇ ਕਹਿ ਜੇ ਮਹਿਸੂਸ ਨਹੀਂ ਹੁੰਦੇ ਲੇਕਿਨ ਕੁਛ ਚਿਰ ਬਾਅਦ ਹੋਣਗੇ। ਸਾਡਾ ਭਾਈਚਾਰਾ ਟਰੈਕਿੰਗ 'ਚ ਬਹੁਤ ਵੱਡੇ ਪੱਧਰ 'ਤੇ ਇਨਵੋਲਵ ਹੈ, ਸੋ ਜਿੰਨਾ ਸ਼ਿਪਿੰਗ ਦਾ ਸਮਾਨ ਹੈ ਚਾਈਨਾ ਤੋਂ ਹੀ ਆਉਂਦਾ ਮੇਨਲੀ, ਬਿਲਕੁਲ ਠੀਕ ਹੈ, ਬਿਲਕੁਲ। ਸੋ ਟਰੈਕਿੰਗ ਵੀ ਕਿਸ ਪ੍ਰਭਾਵਿਤ ਹੋਏਗਾ, ਕਿੰਨੀ ਕੁ ਪ੍ਰਭਾਵਿਤ ਹੋਏਗੀ ਤੁਸੀਂ? ਦੇਖੋ ਜੀ, ਜਿਹੜਾ ਸਮਾਨ ਚਾਈਨਾ ਤੋਂ ਆਉਂਦਾ ਉਹ ਸਿੱਧਾ ਇੱਥੇ ਟੋਰਾਂਟੋ 'ਤੇ ਆਉਂਦਾ ਨਹੀਂ, ਸਿੱਧਾ ਉਹ 'ਤੇ ਵੈਨਕੂਵਰ ਆਉਂਦਾ ਜਾਂ ਕੁਝ ਮੌਂਟਰੀਅਲ ਆਉਂਦਾ, ਜਿੰਨਾ ਕੁ ਮੈਨੂੰ ਪਤਾ, ਜਾਂ ਪੋਰਟ ਹੈ, ਦੋ ਮੇਨ ਉੱਥੇ ਪੋਰਟ ਨੇ, ਹੈ ਨਾ, ਸੀ ਪੋਰਟ ਨੇ, ਇਹਨਾਂ ਦੋਵਾਂ 'ਤੇ ਆਉਂਦਾ। ਉੱਥੋਂ ਫਿਰ ਟਰੈਕਿੰਗ ਦੀ ਜਿਹੜੀ ਸਾਰੀ ਢੋਆ ਢਵਾਈ ਜਿਹੜੀ ਉਹ ਟਰੱਕਾਂ ਰਾਹੀਂ ਹੁੰਦੀ ਹੈ ਜਾਂ ਰੇਲ ਰਾਹੀਂ ਹੁੰਦੀ ਹੈ। ਹੁਣ ਜਿਹੜੀ ਟਰੈਕਿੰਗ ਰਾਹੀਂ ਹੁੰਦੀ ਹੈ ਵੈਨਕੂਵਰ ਤੋਂ ਵੀ ਹੁੰਦੀ ਹੈ ਅਤੇ ਇੱਥੋਂ ਵੀ ਹੁੰਦੀ ਹੈ, ਉਹ ਹੁਣ ਸਾਰੀ ਇੱਕ ਕਿਸਮ ਦੀ ਸਮਝ ਲਓ ਬੰਦ ਹੋ ਜਾਣੀ ਹੈ, ਕਿਉਂਕਿ ਉੱਥੋਂ ਸਮਾਨ ਆਉਣਾ ਨਹੀਂ ਜਾਂ ਮੰਗਾਉਣਾ ਨਹੀਂ ਕਿਸੇ ਨੇ, ਅਤੇ ਜੇ ਉਹ ਇੱਥੇ ਆ ਗਿਆ
ਤੇ ਉਹਦੇ 'ਤੇ ਜਿਹੜੀ ਇੱਥੋਂ ਦੀ ਇੰਡਸਟਰੀ ਆ ਪੰਜਾਬ ਖਾਸ ਕਰ ਜਿਹੜਾ ਇੱਥੋਂ ਦਾ ਜੀ ਟੀ ਏ ਦਾ ਜਿਹੜਾ ਟਰੱਕਿੰਗ ਭਾਈਚਾਰਾ ਉਹ ਸਾਰਾ ਇਸੇ 'ਤੇ ਮੁਨਸਰ ਆ ਕਿ ਉਹ ਮੋਂਟਰੀਅਲ ਤੋਂ ਜਾਂ ਤਾਂ ਉਹ ਸਮਾਨ ਇੱਥੋਂ ਲੈ ਕੇ ਜਾ ਰਿਹਾ ਅਤੇ ਜਾਂ ਉੱਥੋਂ ਲੈ ਕੇ ਆ ਰਿਹਾ ਜਾਂ ਇੱਥੋਂ ਵੈਨਕੂਵਰ ਜਾ ਰਿਹਾ ਜਾਂ ਵੈਨਕੂਵਰ ਤੋਂ ਲੈ ਕੇ ਆ ਰਿਹਾ ਉਹ ਜਿਹੜਾ ਸਮਾਨ ਢੋਆ ਢੁਆਈ ਕਰਦੇ ਸੀ ਉੱਤੇ ਵੀ ਬਹੁਤ ਬੁਰੀ ਤਰ੍ਹਾਂ ਅਸਰ ਹੋਏਗਾ ਜੋ ਕਿ ਟਰੱਕਿੰਗ ਇੰਡਸਟਰੀ ਤਾਂ ਪਹਿਲਾਂ ਹੀ ਕਾਫ਼ੀ ਸਲੋ ਚੱਲ ਰਹੀ ਸੀ ਹੁਣ ਤਾਂ ਹੋਰ ਵੀ ਜ਼ਿਆਦਾ ਉਹਦਾ ਨੁਕਸਾਨ ਹੋਏਗਾ ਫਿਰ ਕੰਪੀਟੀਸ਼ਨ ਬਹੁਤ ਆ ਜਿਹੜਾ ਕੰਮ ਅੱਗੇ ਕੋਈ ਅਗਰ 1 ਰੁਪਏ ਦਾ ਹੁੰਦਾ ਸੀ ਉਹ 40 ਪੈਸੇ ਤਾਂ ਵੈਸੇ ਆ ਗਿਆ ਕਿਉਂਕਿ ਸਾਡੇ ਲੋਕਾਂ ਨੇ ਕੰਪੀਟੀਸ਼ਨ ਕਰ ਕਰਕੇ ਉਹਦੇ ਰੇਟ ਘਟਾ ਦਿੱਤੇ ਖਰਚੇ ਵੱਧ ਗਏ ਕਿਉਂਕਿ ਮੈਂ ਇੱਥੇ ਮੇਰੇ ਅੰਦਾਜ਼ੇ ਮੁਤਾਬਕ ਘੱਟੋ ਘੱਟ 30-40 ਅਜਿਹੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਟਰੱਕ ਡਰਾਈਵਿੰਗ ਤੋਂ ਓਨਰ ਆਪਰੇਟਰ ਬਣੇ ਉਹਨਾਂ ਨੇ 1-1, 2-2 ਜਾਂ 3-3, 4-4 ਟਰੱਕ ਬਣਾ ਲਏ ਔਰ ਚਲਾ ਕੇ ਆਪਣਾ ਕੰਮ ਸ਼ੁਰੂ ਕੀਤਾ ਲੇਕਿਨ ਸਮਾਂ ਆਉਣ 'ਤੇ ਕੀ ਹੋਇਆ ਕਿ ਉਹਦੀਆਂ ਟਾਈਮ ਸਿਰ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਜਾਂ ਕਿਉਂਕਿ ਕੰਪੀਟੀਸ਼ਨ 'ਚ ਆਉਣ ਕਰਕੇ ਬਹੁਤ ਨੁਕਸਾਨ ਹੋਇਆ ਕਿਉਂਕਿ ਉਹ ਰੇਟ ਥੱਲੇ ਆ ਗਏ ਜਿਹੜੇ ਰੇਟ ਵੇਲੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਜੇ ਉਦੋਂ 1 ਰੁਪਿਆ ਰੇਟ ਸੀ ਤਾਂ ਹੁਣ 40 ਪੈਸੇ ਰਹਿ ਗਿਆ ਉਹਦੇ ਕਰਕੇ ਉਹ ਸਰਵਾਈਵ ਹੀ ਨਹੀਂ ਕਰ ਸਕੇ ਸੋ ਉਹਦੇ ਪਹਿਲਾਂ ਹੀ ਜਿਹੜੀ ਇੰਡਸਟਰੀ ਆ ਉਹ ਬਹੁਤ ਔਖੇ ਵੇਲੇ 'ਚੋਂ ਲੰਘ ਰਹੀ ਹੈ ਮੇਰਾ ਬੇਟਾ ਵੀ ਇਹਨਾਂ ਇਸੇ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਹੀ ਹੈ ਛੋਟਾ ਜਿਹੜਾ ਅਤੇ ਮਤਲਬ ਅਜੇ ਪਹਿਲਾਂ ਹੀ ਅਜੇ ਨਹੀਂ ਭਾਰ ਲੱਥਾ ਅਤੇ ਜਿਹੜਾ ਨਵਾਂ ਕ੍ਰਾਈਸਿਸ ਸ਼ੁਰੂ ਹੋਇਆ ਇਹਦਾ ਵੀ ਅਸਰ ਜਿਹੜਾ ਉਹ ਚਿਰ ਸਥਾਈ ਤੱਕ ਰਹੇਗਾ ਸੋ ਤੁਸੀਂ ਜਦੋਂ ਚਾਈਨਾ ਜਾਂਦੇ ਸੀ ਜੀ ਚਾਈਨਾ ਦੇ ਵਿੱਚ ਤੁਸੀਂ ਦੱਸਿਆ ਆਪਣਾ ਐਕਸਪੀਰੀਅੰਸ ਦੱਸਿਆ ਅਤੇ ਚਾਈਨਾ ਤੋਂ ਜਿਹੜਾ ਸਮਾਨ ਬਣ ਕੇ ਆਉਂਦਾ ਹੈ ਇੱਕ ਤਾਂ ਚਲੋ ਫੈਕਟ ਵੀ ਹੈ ਡਰ ਵੀ ਹੈ ਲੋਕਾਂ ਨੂੰ ਕਿਉਂਕਿ ਵਾਇਰਸ ਕਰਕੇ ਹੈ ਇੱਕ ਡਰ ਦੇ ਨਾਲ ਜਿਹੜਾ ਅਫਵਾਹਾਂ ਵੀ ਕਾਫੀ ਫੈਲ ਰਹੀਆਂ ਬਿਲਕੁਲ ਠੀਕ ਹੈ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਲੋਕ ਜਿਹੜੇ ਆ ਜਿਵੇਂ ਭਰੇ ਪੀਤੇ ਹੁੰਦੇ ਆ ਬਹੁਤ ਸਾਰੀਆਂ ਗੱਲਾਂ ਕਰਕੇ ਸੋ ਐਂ ਵੀ ਤੁਸੀਂ ਸਮਝਦੇ ਹੋ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਡਰ 'ਚੋਂ ਵੀ ਅਤੇ ਅਫਵਾਹਾਂ 'ਚੋਂ ਵੀ ਔਰ ਜਿਹੜੀ ਨਵੀਆਂ ਜਿਹੜੀਆਂ ਰਿਪੋਰਟਸ ਆ ਰਹੀਆਂ ਉਹਦੇ 'ਚ ਹੋਇਆ ਵੀ ਵਾਇਰਸ ਜਿਹੜਾ ਇਹ ਸ਼ੁਰੂ ਕਿੱਥੋਂ ਹੋਇਆ ਉਹ ਹੋਇਆ ਚਮਗਿੱਦੜ ਦਾ ਸੂਪ ਪੀਣ ਤੋਂ ਅਤੇ ਸੱਪ ਦਾ ਮਾਸ ਖਾਣ ਤੋਂ ਮੇਨ 2 ਇਹ ਨੇ ਹੁਣ ਜੇ ਅਗਰ ਉੱਥੇ ਕਿਸੇ ਨੇ ਖਾਧਾ ਅਤੇ ਉੱਥੇ ਉਹਨੂੰ ਵਾਇਰਸ ਹੋ ਗਿਆ ਅਤੇ ਉਹਦੇ ਇੱਥੇ ਕਿਸੇ ਬੋਲਟ ਦੀ ਇੰਡਸਟਰੀ ਦਾ ਸਮਾਨ ਆਉਣ 'ਤੇ ਜਾਂ ਕੋਈ ਹੋਰ ਪੇਪਰ ਦਾ ਸਮਾਨ ਆਉਣ 'ਤੇ ਜਾਂ ਕੋਈ ਹੋਰ ਜਿਹੜਾ ਸਮਾਨ ਉੱਥੋਂ ਆ ਰਿਹਾ ਕੱਚ ਦੇ ਗਲਾਸ ਆ ਰਹੇ ਆ ਜਾਂ ਕੋਈ ਹੋਰ ਤੁਸੀਂ ਡਾਲਰਾਮਾਂ 'ਤੇ ਜਾਂ ਡਾਲਰ ਸਟੋਰਾਂ 'ਤੇ ਸਮਾਨ ਵੇਖਦੇ ਜੇ ਉਹਨਾਂ ਸਮਾਨਾਂ ਦਾ ਇਹ ਅਸਰ ਤਾਂ ਹੋ ਸਕਦਾ ਵੀ ਕਿਸੇ ਚੀਜ਼ ਨੂੰ ਹੱਥ ਲੱਗਾ ਹੋਵੇ ਤਾਂ ਹੋ ਸਕਦਾ ਉਹ 'ਚ ਕੋਈ ਵਾਇਰਸ ਵਾਲੀ ਜੇ ਇੱਥੋਂ ਤੱਕ ਲੋਕਾਂ ਨੇ ਇਹ ਕਿਹਾ ਕਿ ਹੱਥ ਨਹੀਂ ਮਿਲਾਉਣੇ ਕਿਸੇ ਨੂੰ ਤੁਹਾਡੇ ਹੱਥਾਂ ਵੀ ਜਾ ਸਕਦਾ ਤੁਹਾਡੇ 'ਚ ਹੋ ਸਕਦਾ ਕਿਸੇ ਸਮਾਨ ਰਾਹੀਂ ਆ ਵੀ ਜਾਵੇ ਮੈਂ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਲੇਕਿਨ ਮੈਂ ਮਹਿਸੂਸ ਕਰਦਾ ਵੀ ਲੋਕਾਂ 'ਚ ਇਸ ਗੱਲ ਦਾ ਵਹਿਮ ਫਿੱਟ ਹੋ ਗਿਆ ਅਫਵਾਹਾਂ ਨਹੀਂ ਹੈਗੀਆਂ ਬਿਲਕੁਲ ਠੀਕ ਹੈ ਜੇ ਹੱਥ ਮਿਲਾਉਣ ਨਾਲ ਤੁਹਾਨੂੰ ਕੁਝ ਹੋ ਸਕਦਾ ਇਹ ਡਾਕਟਰ ਵੀ ਕਹਿ ਰਹੇ ਆ ਇਹ ਇੱਥੋਂ ਤੱਕ ਹਿੰਦੁਸਤਾਨ ਦਾ ਜਿਹੜਾ ਮੰਤਰੀ ਹੈ ਹੈਲਥ ਦਾ ਉਹ ਕਹਿ ਰਿਹਾ ਕਿ ਤੁਸੀਂ ਹੱਥ ਨਾ ਮਿਲਾਓ ਸਾਬਣ ਨਾਲ ਹੱਥ ਧੋਵੋ ਹਾਲਾਂਕਿ ਉਹ ਆਪ ਖੁਦ ਡਾਕਟਰ ਹੈ ਸ਼ਾਇਦ ਤੋ ਕਹਿਣ ਤੋਂ ਮਤਲਬ ਡਾਕਟਰ ਹਰਸ਼ਵਰਧਨ ਜਿਹੜੇ ਉਹ ਜੇ ਅਗਰ ਉਹ ਕਹਿ ਰਹੇ ਆ ਤਾਂ ਕੋਈ ਗੱਲ ਤਾਂ ਹੋਏਗੀ ਨਾ ਇਹਦੇ ਵਿੱਚ ਹੁਣ ਇਹ ਜਿਹੜਾ ਇਸ ਗੱਲ ਲਈ ਸੁਭਾਵਿਕ ਆ ਇਸ ਗੱਲ 'ਤੇ ਸ਼ੱਕ ਹੋਣਾ ਕਿ ਕੋਈ ਚੀਜ਼ ਜੇ ਉੱਥੋਂ ਆਈ ਸਪੋਜ਼ ਕਰੋ ਆ ਕਾਪੀ ਹੈ ਅਤੇ ਜੇ ਇਹਦੇ ਵਿੱਚ ਕੋਈ ਹੱਥ ਲੱਗਿਆ ਅਤੇ ਵਾਇਰਸ ਆਉਂਦਾ ਹੋਵੇ ਤਾਂ ਮੈਂ ਨਹੀਂ ਇਹਨੂੰ ਹੱਥ ਲਾਊਂਗਾ ਅਤੇ ਜਦੋਂ ਪਤਾ ਲੱਗਿਆ ਵੀ ਉੱਥੋਂ ਚੀਜ਼ ਆ ਰਹੀ ਹੈ ਤਾਂ ਇਹਦਾ ਅਸਰ ਵੀ ਹੋਏਗਾ ਅਤੇ ਮੈਂ ਦੇਖ ਰਿਹਾ ਸੀ ਕਿ ਜਿਹੜੇ ਸੈਨੇਟਾਈਜ਼ਰ ਹੈ ਹਾਂਜੀ ਅਤੇ ਹੋਰ ਜਿਹੜੀਆਂ ਇੱਦਾਂ ਦੀਆਂ ਪ੍ਰੋਡਕਟ ਹੈ ਉਹ ਸਾਰੀਆਂ ਵਿਕ ਹੀ ਨਹੀਂ ਰਹੀਆਂ ਆਊਟ ਆਫ ਸਟਾਕ ਹੈ ਉਹ ਮਾਰਕੀਟ 'ਚੋਂ ਮਿਲਦੀਆਂ ਨਹੀਂ ਮਿਲ ਨਹੀਂ ਰਹੀ ਈਵਨ ਉਹ ਜਿਹੜੇ ਮਾਸਕ ਨੇ ਉਹ ਵੀ ਨਹੀਂ ਮਿਲ ਰਹੇ ਉਹਦਾ ਕਾਰਨ ਇਹੋ ਹੀ ਹੈ ਨਾ ਮਿਲਣ ਦਾ ਕਿ ਇੱਕ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਉਹ 50% ਬਣ ਕੇ ਹੀ ਉੱਥੋਂ ਆਉਂਦੀਆਂ 100% ਮੇਰੇ ਖਿਆਲ ਆ ਉਹ ਫਿਰ ਕਿੰਨੀਆਂ ਸੇਫ ਹੋਣਗੀਆਂ ਕਿੰਨੀਆਂ ਸੇਫ ਹੋਣਗੀਆਂ ਜਿਹੜੀਆਂ ਉੱਥੋਂ ਆ ਰਹੀਆਂ ਅਤੇ ਦੂਜਾ ਮੇਰੇ ਖਿਆਲ ਇੱਕ ਇੰਡੀਆ ਦੇ ਵਿੱਚ ਕੋਈ ਫੈਕਟਰੀ ਦੱਸਦੇ ਵੀ ਉਹਨਾਂ ਨੇ ਆਪਣੀ 300% ਵਾਧਾ ਕਰਤਾ ਉਹਨੂੰ ਬਣਾਉਣ 'ਚ ਪ੍ਰੋਡਕਸ਼ਨ 'ਚ ਇਹਦੇ ਬਾਵਜੂਦ ਵੀ ਉਹ ਪੂਰੇ ਨਹੀਂ ਹੋ ਰਹੇ ਅਤੇ ਕਿੰਨੀ ਡਿਮਾਂਡ ਹੋਏਗੀ ਇਹਨਾਂ ਦੀ ਅਤੇ ਜਿਹੜੀ ਇੱਥੇ ਆ ਆਹ ਹੁਣ ਅੱਜ ਮੈਂ ਸਵੇਰੇ ਕੋਈ ਵੇਖ ਰਿਹਾ ਸੀ ਰਿਪੋਰਟ ਵੀ ਇੰਡੀਆ ਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਚਾਈਨਾ ਤੋਂ ਆਉਂਦੀਆਂ ਸੀ ਉਹ ਹੁਣ ਬੰਦ ਹੋ ਗਈਆਂ ਬੰਦ ਹੋਏ ਇਸ ਕਰਕੇ ਨਹੀਂ ਹੋਈਆਂ ਕਿ ਚਾਈਨਾ ਨੇ ਬੰਦ ਕਰਤੀਆਂ ਜਾਂ ਤਾਂ ਇਹਨਾਂ ਨੇ ਲੈਣੀਆਂ ਬੰਦ ਕਰਤੀਆਂ ਇੰਡੀਆ ਵਾਲੇ ਨੇ ਜਾਂ ਉੱਥੇ ਆਪਣੀ ਹਫੜਾ ਦਫੜੀ 'ਚ ਇੰਨਾ ਪਏ ਹੋਏ ਆ ਕਿ ਉਹ ਆਪਣੀ ਉਹਨਾਂ ਨੂੰ ਹੋਸ਼ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਜਾਂ ਅਸੀਂ ਕਿੱਦਾਂ ਸਮਾਨ ਭੇਜਣਾ ਜਾਂ ਕੀ ਕਰਨਾ ਹੁਣ ਜੇ ਉਹ ਲੋਕਲ ਜਿਹੜੀ ਸਮਾਨ ਬਣੇਗਾ ਉਹ ਨੈਚੁਰਲੀ ਮਹਿੰਗਾ ਮਿਲੇਗਾ ਜਿੱਦਾਂ ਅੱਗੇ ਜਿਹੜਾ ਸਮਾਨ ਸਸਤਾ ਮਿਲਦਾ ਸੀ ਚਾਈਨਾ ਦਾ ਅੱਗੇ ਬਹੁਤ ਰੌਲਾ ਸੀ ਚਾਈਨਾ ਦੀ ਡੋਰ ਹੈ ਜੀ ਚਾਈਨਾ ਦੇ ਪਟਾਕੇ ਆ ਜੀ ਚਾਈਨਾ ਦੀਆਂ ਲਾਈਟਾਂ ਜੀ ਕਿੰਨਾ ਕੁਝ ਉੱਥੇ ਆਪਾਂ ਵੇਖੀਦਾ ਸਾਲ 'ਚ ਮੈਨੂੰ 3-4 ਵਾਰੀ ਇੰਡੀਆ ਜਾਣ ਦਾ ਮੌਕਾ ਮਿਲਦਾ ਅਸੀਂ ਕਈ ਕੋਈ ਵੇਖੀਦਾ ਵੀ ਚਾਈਨਾ ਦਾ ਹਰ ਸਮਾਨ ਉੱਥੇ ਮਿਲਦਾ ਔਰ ਇੱਥੋਂ ਨਾਲ ਸਸਤਾ ਮਿਲਦਾ ਇੰਡੀਆ ਦੇ ਵਿੱਚ ਅਤੇ ਕਿਉਂਕਿ ਉਹ ਨੇੜੇ ਪੈਂਦਾ ਉਹਨਾਂ ਨੂੰ ਸ਼ਿਪਮੈਂਟ ਦੇ ਖਰਚੇ ਘੱਟ ਪੈਂਦੇ ਆ ਉੱਥੇ ਇੱਕ ਮਾਰਜਨ ਘੱਟ ਆ ਉਹਦੇ ਕਰਕੇ ਉਹਨਾਂ ਦੇ ਖਰਚੇ ਘੱਟ ਨੇ ਸੋ ਕਹਿਣ ਤੋਂ ਮਤਲਬ ਇਹ ਆ ਵੀ ਇਹ ਸਾਰੀਆਂ ਗੱਲਾਂ 'ਤੇ ਅਸਰ ਹੋਏਗਾ
ਔਰ ਉਹ ਹਰ ਥਾਂ ਦੀ ਇਕੋਨਮੀ 'ਤੇ ਅਸਰ ਹੋਏਗਾ। ਜੇ ਹੁਣ ਚੀਜ਼ ਉੱਥੇ ਇੰਡੀਆ ਦੇ ਵਿੱਚ ਆਏ ਉਹ ਚਾਈਨਾ ਦੀ ਬਣੀ ਸਸਤੀ ਮਿਲਦੀ, ਭਾਵੇਂ ਕਿ ਉੱਥੋਂ ਦੀ ਇੰਡਸਟਰੀ ਨੂੰ ਉਹਨੇ ਨੁਕਸਾਨ ਕੀਤਾ ਪਰ ਆਮ ਲੋਕਾਂ 'ਤੇ ਸਸਤੀ ਮਿਲ ਰਹੀ ਸੀ ਨਾ। ਹੁਣ ਉਹ ਲੋਕ ਉਹਨੂੰ ਚਾਈਨਾ ਮੇਡ ਇਨ ਚਾਈਨਾ ਸਮਾਨ ਨੂੰ ਹੱਥ ਨਹੀਂ ਲਾਉਣਗੇ। ਸੋ ਓਵਰਨਾਈਟ ਜਿਹੜਾ ਫੈਕਟਰੀਆਂ ਲਾਉਣੀਆਂ ਤਾਂ ਪੋਸੀਬਲ ਨਹੀਂ। ਸੋ ਕ੍ਰਾਈਸਿਸ 'ਚੋਂ ਬਾਹਰ ਕਿਵੇਂ ਆਊਗਾ ਨੌਰਥ ਅਮਰੀਕਾ ਸਪੈਸ਼ਲੀ ਅਤੇ ਕਨੇਡਾ? ਇਹ ਸੋਚਣ ਵਾਲੀ ਗੱਲ ਹੈ। ਇਹ ਤਾਂ ਦੇਖੋ ਜੀ, ਨਵੀਆਂ ਫੈਕਟਰੀਆਂ ਲਾਉਣੀਆਂ ਪੈਣਗੀਆਂ, ਨਵੇਂ ਪ੍ਰੋਡਕਟ ਲਾਉਣੇ ਪੈਣਗੇ, ਲੋਕਾਂ ਨੂੰ ਐਜੂਕੇਟ ਕਰਨਾ ਪਏਗਾ। ਕਿਉਂਕਿ ਜੇ ਤੁਸੀਂ ਇੱਕ ਤਾਂ ਪਹਿਲਾਂ ਹੀ ਅਸੀਂ ਉਸ ਤਰਾਸਦੀ ਉਹ ਬਾਹਰ ਨਹੀਂ ਨਿਕਲੇ ਜਿਹੜਾ ਟਰੰਪ ਦਾ ਅਤੇ ਚਾਈਨਾ ਦਾ ਪਹਿਲਾਂ ਪੰਗਾ ਪਿਆ ਸੀ, ਉੱਥੋਂ ਅਜੇ ਬਾਹਰ ਨਹੀਂ ਨਿਕਲੇ। ਉਹ ਅਜੇ ਮਸਾਂ ਹੀ ਥੋੜ੍ਹਾ ਬਹੁਤਾ ਬੈਕ ਟੂ ਨਾਰਮਲ ਹੋਣ 'ਤੇ ਆਇਆ ਸੀ ਨੇੜੇ, ਵੀ ਚਲੋ ਲੋਕਾਂ ਨੂੰ ਕੋਈ ਸਾਹ ਮਿਲਿਆ ਸੀ, ਵੀ ਚਲੋ ਜਿਹੜਾ ਇੱਥੇ ਇਹਨਾਂ ਨਾਲ ਵੀ ਸਮਝੌਤਾ ਹੋ ਗਿਆ, ਅਮੈਰੀਕਾ ਦਾ ਕੈਨੇਡਾ ਨਾਲ ਵੀ ਹੋ ਗਿਆ, ਉਹ ਵੀ ਸਮਾਨ ਆਉਣ ਜਾਣ ਲੱਗ ਪਿਆ, ਪਲੱਸ ਜਿਹੜਾ ਕਿ ਇਹਨਾਂ ਦੇ ਚਾਈਨਾ ਤੋਂ ਵੀ ਕੋਈ ਥੋੜ੍ਹਾ ਬਹੁਤ ਆਉਣ ਲੱਗ ਪਿਆ, ਉਹਦੀ ਵੀ ਜਿਹੜੀ ਉਹਨਾਂ ਨੇ ਜਿਹੜੀ ਲਾਉਣ ਲੱਗ ਪਿਆ ਸੀ ਉੱਥੇ। ਮੇਰੇ ਵਰਗੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਹੈ ਵੀ ਜੇ ਅਸੀਂ ਇਹ ਛੁਪਾ ਕੇ ਡਾਇਰੈਕਟਲੀ ਉੱਥੋਂ ਲਿਆ ਰਹੇ ਹਾਂ ਅਤੇ ਇੱਥੇ ਪਤਾ ਨਹੀਂ ਕਿੱਦਣ 20% ਜਾਂ 25% ਟੈਰਿਫ ਲਾ ਦੇ ਗਵਰਨਮੈਂਟ, ਅਤੇ ਅਸੀਂ ਕਿਵੇਂ ਸਰਵਾਈਵ ਕਰਾਂਗੇ? ਜੇ ਇੱਕ ਛੋਟਾ ਜਿਹਾ ਇੱਕ ਬਿਜ਼ਨਸਮੈਨ ਵੀ ਇਹ ਸੋਚਦਾ ਅਤੇ ਜਿਹੜੇ ਵੱਡੇ ਬਿਜ਼ਨਸਮੈਨ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ? ਅਤੇ ਖਾਸ ਕਰ ਜਿਹੜੇ ਬਿਜ਼ਨਸਮੈਨ ਉੱਥੋਂ ਮੰਗਾ ਕੇ ਸਰਵਾਈਵ ਕਰ ਰਹੇ, ਇੱਥੇ ਕਈ ਹਜ਼ਾਰਾਂ ਬੰਦੇ ਇਹੋ ਜਿਹੇ ਨੇ ਜਿਹੜੇ ਉੱਥੋਂ ਸਮਾਨ ਮੰਗਾ ਕੇ ਸਪਲਾਈ ਕਰਦੇ ਆ, ਉਹ ਵੱਡੇ ਸਪਲਾਈ ਚੇਨ ਹੈ ਉਹਨਾਂ ਦੀਆਂ, ਲੇਕਿਨ ਉਹ ਹੁਣ ਬਿਲਕੁਲ ਸਾਰਾ ਕੁਝ ਜ਼ੀਰੋ ਹੋ ਜਾਣਾ ਹੋਇਆ ਪਿਆ ਇਸ ਵੇਲੇ। ਅਤੇ ਜੇ ਉਹ ਹੁਣ ਨਾਲ ਤੁਸੀਂ ਜਾ ਕੇ ਵੇਖੋ, ਤੁਸੀਂ ਦੁਕਾਨਾਂ 'ਤੇ ਸਟੋਰਾਂ 'ਤੇ ਜਾ ਕੇ ਦੇਖੋ, ਕੋਈ ਬਹੁਤੀ ਰੌਣਕਾਂ ਨਹੀਂ ਹੈਗੀਆਂ। ਸੋ 8-10 ਸਾਲਾਂ 'ਚ ਤੁਸੀਂ ਰੇਟ ਦਾ ਵੀ ਫਰਕ ਦੇਖਿਆ ਜਿਸ ਰੇਟ 'ਤੇ ਤੁਸੀਂ ਪਹਿਲਾਂ ਕਰਾਉਂਦੇ ਸੀ? ਮੈਂ ਜਿਹੜਾ ਪਹਿਲਾਂ ਰੇਟ ਸਾਡਾ ਕਾਫੀ ਘੱਟ ਸੀ, ਫਿਰ ਹੌਲੀ ਹੌਲੀ ਕੀ ਹੋਇਆ ਕੰਪੀਟੀਸ਼ਨ ਕਰਕੇ ਅਤੇ ਜਿਹੜੀਆਂ ਉੱਥੋਂ ਦੀ ਟੈਕਨੋਲੋਜੀ ਇੱਥੇ ਆਉਣ ਲੱਗ ਪਈ, ਉਹ ਲਗਭਗ ਰੇਟ ਜੋ ਜਿਹੜਾ ਨਾ, ਜਿੱਦਾਂ ਟੋਟਲ ਜਿਹੜਾ $1,00,000 ਪਿੱਛੇ ਉਹ $8,000-10,000 ਦਾ ਫਰਕ ਰਹਿ ਗਿਆ, ਜਿਹੜਾ ਕਿ ਪਹਿਲਾਂ ਅੱਧੇ ਵੱਧ ਸੀਗਾ, 60-40 ਦਾ ਫਰਕ ਸੀਗਾ ਪਹਿਲਾਂ, ਜਿਹੜਾ ਕਿ ਹੁਣ ਸਾਰਾ 10-20% ਜਿਹੜਾ ਰੇਟ ਹੈ ਤਕਰੀਬਨ 10-12% ਦਾ ਫਰਕ ਰਹਿ ਗਿਆ। ਚੀਜ਼ਾਂ ਦਾ ਪ੍ਰੋਡਕਟ, ਉਹਦਾ ਕਾਰਨ ਹੈ ਕਿ ਇੱਥੇ ਪ੍ਰੋਡਕਸ਼ਨ ਦੀਆਂ ਮਸ਼ੀਨਾਂ ਵੀ ਉਹੀ ਲੱਗ ਗਈਆਂ, ਇੱਥੇ ਉਹ ਜਿਹੜੀ ਸਿਆਹੀ ਉਹ ਵੀ ਆ ਗਈ, ਉਹੀ ਪੇਪਰ ਆ ਗਿਆ, ਵੁੱਡ ਫਰੀ ਪੇਪਰ ਜਿਹੜਾ ਕਿ ਉੱਥੋਂ ਲੈ ਕੇ ਵੀ ਮੇਰੇ ਖਿਆਲ ਜਿਹੜਾ ਵੇਜਸ ਵਗੈਰਾ ਪ੍ਰੋਡਕਸ਼ਨ ਦੀ ਕੋਸਟ ਹੈ ਚਾਈਨਾ 'ਚ ਵੀ ਵੱਧ ਗਈ ਹੈ? ਨਹੀਂ, ਬਹੁਤ ਹੀ ਨਹੀਂ ਵਧੀ ਉੱਥੇ, ਕਿਉਂਕਿ ਉੱਥੇ ਲੋਕ ਨਾ, ਉੱਥੇ ਜਨਤਾ ਬਹੁਤ ਹੈ, ਉੱਥੇ ਕੰਮ ਜਿਹੜੀ ਫੈਕਟਰੀ 'ਚ ਅਸੀਂ ਕੰਮ ਕਰਾਉਂਦੇ 500 ਬੰਦਾ ਉੱਥੇ ਕੰਮ ਕਰਨ ਵਾਲਾ ਹੈ। ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਿਆਲ ਦੇ ਦਿਨਾਂ ਦੇ ਵਿੱਚ ਡਾਇਰੈਕਟਰੀ ਜਿਹੜੀ ਚੱਪਦੀ ਜਨਵਰੀ 'ਚ, ਉਹ ਸਾਰੀ ਫੈਕਟਰੀ 'ਚ ਹੀਟ ਹੈ ਨਹੀਂ ਕੋਈ, ਠੰਡ ਇੱਥੋਂ ਵਰਗੀ, ਇੱਥੋਂ ਨਾ ਜ਼ਿਆਦਾ ਠੰਡ ਹੈ ਉੱਥੇ, ਜੇ ਹੈਂਗਜ਼ੋਨ ਸ਼ਹਿਰ ਦੇ ਵਿੱਚ ਜਿੱਥੋਂ ਮੈਂ ਕੰਮ ਕਰਾਉਂਦਾ, ਲੇਕਿਨ ਉੱਥੇ ਕੋਈ ਨਹੀਂ। ਔਰ ਮੈਂ ਉਹਨਾਂ ਨੂੰ ਕੰਮ ਕਰਦਿਆਂ ਦੇਖਿਆ, ਜਿਹੜੀ ਪਾਣੀ ਦੀ ਬੋਤਲ ਆਪਣੀਆਂ ਪੁਰਾਣੀਆਂ ਮਾਵਾਂ ਪਾਣੀ ਪਾ ਕੇ ਗਰਮ ਪਲਾਸਟਿਕ ਦੀ ਬੋਤਲ ਦੇ ਦਿੰਦੀਆਂ ਕਿ ਹੁਣ ਢਿੱਡ ਪੀੜ ਕਿਸੇ ਨੂੰ ਹੋਣੀ, ਰਾਤ ਨੂੰ ਇੱਥੇ ਰੱਖ ਲਾ ਢਿੱਡ 'ਤੇ, ਉਹ ਬੋਤਲਾਂ ਪਾਣੀ ਭਰ ਕੇ ਗਰਮ, ਅਤੇ ਉਹ ਆਪਣੇ ਇੱਥੇ ਅੱਗੇ ਰੱਖ ਕੇ, ਅਤੇ ਉਹਦੇ ਨਾਲ ਉਹ ਕੰਮ ਕਰਦੇ ਜੇ ਠੰਡੀ ਹੋ ਜਾਂਦੀ ਹੈ, ਉਹ ਸਾਰਾ ਦਿਨ ਉਹ ਲੋਕ ਗਰਮ ਪਾਣੀ ਪੀਂਦੇ ਆ, ਠੰਡਾ ਪਾਣੀ ਨਹੀਂ ਪੀਂਦੇ, ਅਤੇ ਉਹਦੇ ਨਾਲ ਉਹ ਸਰਵਾਈਵ ਕਰਦੇ ਸੀ ਉੱਥੇ। ਉੱਥੇ ਕੋਈ ਹੀਟ ਹੈ ਹੀ ਨਹੀਂ ਕਿਸੇ ਫੈਕਟਰੀ ਦੇ ਵਿੱਚ। ਸੋ ਕਹਿਣ ਤੋਂ ਮਤਲਬ ਇਹ ਵੀ ਉੱਥੇ ਵੀ ਅਸਰ ਹੋਏਗਾ ਇਸ ਗੱਲ ਦਾ, ਕਿਉਂਕਿ ਉੱਥੇ ਤਾਂ ਪਹਿਲਾਂ ਹੀ ਨਹੀਂ ਕੰਮ ਮਿਲਦਾ, ਕੰਮ ਹੈ ਨਹੀਂ ਗਾ, ਜੇ ਹੈਗਾ ਤਾਂ ਬਹੁਤ ਥੋੜ੍ਹੇ ਵੇਜ ਦੇ ਉੱਤੇ ਕੰਮ ਹੈਗਾ, ਕਿਉਂਕਿ ਸਾਡੇ ਡਾਲਰ ਨਾਲੋਂ ਨੌ ਰੁਪਏ ਦਾ ਫਰਕ ਹੈ, 9 ਦਾ ਫਰਕ ਹੈ, ਜੇ ਡਾਲਰ ਦੇ 9 ਉਹਨਾਂ ਦੇ ਹੈਗੇ ਬਾਟ ਨੇ ਜਿਹੜੀ ਉਹਨਾਂ ਦੀ ਕਰੰਸੀ ਹੈ ਉੱਥੋਂ ਦੀ, ਯੁਆਨ ਜਿਹੜੇ। ਸੋ ਦੇਖੋ ਕੀ ਬਣਦਾ, ਸੋ ਇਹਦਾ ਬਹੁਤ ਉੱਥੇ ਵੀ ਅਸਰ ਹੋਏਗਾ। ਸੋ ਹੋਰ ਜਿਹੜੇ ਸਾਡੇ ਭਾਈਚਾਰੇ 'ਚ ਤੁਸੀਂ ਤੁਰਦੇ ਫਿਰਦੇ ਰਹਿੰਦੇ ਆ, ਹੋਰ ਕਿਸ, ਇੱਕ ਤਾਂ ਟਰੈਕਿੰਗ 'ਚ ਹੋ ਗਿਆ ਬਹੁਤ ਜ਼ਿਆਦਾ ਅਸਰ ਹੈ, ਜਿਹੜੇ ਲੋਕ ਉੱਥੋਂ ਸਮਾਨ ਮੰਗਾ ਕੇ ਵੇਚ ਰਹੇ ਉਹਨਾਂ 'ਤੇ ਅਸਰ ਹੈ, ਓਵਰਆਲ ਜਿਹੜੇ ਰੈਸਟੋਰੈਂਟ ਵਾਲੇ ਉਹਨਾਂ 'ਤੇ ਵੀ ਅਸਰ, ਕਾਫੀ ਜ਼ਿਆਦਾ ਅਸਰ ਹੈ ਤੁਹਾਡੇ ਹਿਸਾਬ ਨਾਲ? ਹਾਂ ਬਿਲਕੁਲ ਬਿਲਕੁਲ, ਬਹੁਤ ਸਾਰਾ ਸਮਾਨ ਉੱਥੋਂ ਆਉਂਦਾ, ਈਵਨ ਤੁਸੀਂ ਰੈਸਟੋਰੈਂਟਾਂ ਦੇ ਵਿੱਚ ਜਿੰਨਾ ਸਮਾਨ ਹੈ, ਚਾਹੇ ਕੱਚ ਦੀਆਂ ਪਲੇਟਾਂ ਨੇ ਜਾਂ ਕੁਛ ਨੇ ਜਾਂ ਉੱਥੋਂ ਦਾ ਜਿਹੜਾ ਪਤੀਲੇ ਭਾਂਡੇ ਜੋ ਵੀ ਹੈ, ਇਹ ਸਾਰਾ ਚਾਈਨਾ ਤੋਂ ਆ ਰਿਹਾ, ਔਰ ਉਹ ਸਾਰਾ ਕੁਝ ਜਿਹੜਾ ਆਉਣਾ ਬੰਦ ਹੋਣ ਵਾਲਾ ਹਿਸਾਬ ਹੈ। ਅੱਗੇ ਕੀ ਹੁੰਦਾ ਸੀ ਕਿ ਵੱਡੀ ਸ਼ਿਪਮੈਂਟ ਕੋਈ ਆ ਰਹੀ ਹੈ ਚਾਈਨਾ ਤੋਂ, ਵੱਡਾ ਕੰਟੇਨਰ ਭਰ ਕੇ ਆ ਰਿਹਾ, ਮੇਰੇ ਕੋਲ ਬੰਦੇ ਨੇ ਕੋਈ ਛੋਟਾ ਜਿਹਾ ਸਮਾਨ ਮੰਗਾਉਣਾ, ਥੋੜ੍ਹਾ ਜਿਹਾ ਮੰਗਾਉਣਾ, ਅਤੇ ਉਹਨੇ ਉਸ ਉਹਨਾਂ ਕੋਲ ਪੈਕਿੰਗ ਬਣਾ ਕੇ 10-20 ਕਿਲੋ ਦਾ ਉਹ ਵੀ ਵਿੱਚੇ ਰੱਖ ਦੇਣਾ। ਹੁਣ ਜੇ ਉਹ ਵੱਡੇ ਕੰਟੇਨਰ ਹੀ ਨਹੀਂ ਆਉਣਗੇ ਤਾਂ ਛੋਟੇ ਜਿਹੜੇ ਬਿਜ਼ਨਸਮੈਨ ਨੇ ਉਹ ਵਿਚਾਰਿਆਂ ਦਾ ਕਿਵੇਂ ਸਰਵਾਈਵ ਕਰਨਗੇ ਉਹ? ਸੋ ਸਮਾਂ ਹੋ ਗਿਆ ਸਾਡਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇੱਕ ਨਵੇਂ ਵਿਸ਼ੇ ਨਾਲ ਹਾਜ਼ਰ ਹੋਵਾਂਗੇ, ਵਿਸ਼ਾ ਸਿੱਖ ਪੰਥ ਨਾਲ ਵੀ ਸੰਬੰਧਿਤ ਹੈ, ਇੰਡੀਆ ਨਾਲ ਵੀ ਸੰਬੰਧਿਤ ਹੈ, ਉਸ 'ਤੇ ਗੱਲਬਾਤ ਕਰਾਂਗੇ, ਤੁਸੀਂ ਜੁੜੇ ਰਹਿਣਾ। ਮੁੜਦੇ ਹਾਂ ਬ੍ਰੇਕ ਤੋਂ ਬਾਅਦ। ਡੇਟਲਾਈਨ ਟੋਰਾਂਟੋ ਤੋਂ ਵਿੱਚ ਇੱਕ ਵਾਰੀ ਫਿਰ ਸਵਾਗਤ ਹੈ, ਬ੍ਰੇਕ ਤੋਂ ਬਾਅਦ ਹਾਜ਼ਰ ਹਾਂ। ਗੱਲਬਾਤ ਸਾਡੀ ਮਹਿਮਾਨ ਦੇ ਤੌਰ 'ਤੇ ਚੱਲ ਰਹੀ ਹੈ ਕਮਲਜੀਤ ਸਿੰਘ ਕਮਲ ਹੋਣਾ ਨਾਲ। ਹੁਣ ਅਸੀਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਜੋ ਦਿੱਲੀ ਦੇ ਵਿੱਚ ਹੋਇਆ, ਜਿਸ ਤਰ੍ਹਾਂ ਦਾ ਤਾਂਡਵ ਨਾਚ ਉੱਥੇ ਹਿੰਸਾ ਦਾ ਹੋਇਆ, ਉਹਨੂੰ ਦੰਗੇ ਕਹਿਣਾ ਤਾਂ ਠੀਕ ਨਹੀਂ ਹੈ, ਜਿਸ ਤਰ੍ਹਾਂ ਦਾ ਵੀ ਜੋ ਮਨੁੱਖਤਾ ਦਾ ਘਾਣ ਹੋਇਆ, ਉਹਦੇ ਵਿੱਚ ਜੇ ਕੋਈ ਵਾਹਵਾ ਖੱਟੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਰੋਲ ਹੈ, ਜਾਂ ਬਾਕੀ ਗੁਰਦੁਆਰੇ ਜਿਹੜੇ ਦਿੱਲੀ ਦੇ ਆ ਜਾਂ ਯੂਪੀ ਦੇ ਆ, ਵੱਖ ਵੱਖ ਥਾਵਾਂ ਦੇ ਉੱਤੇ
ਜਿਸ ਤਰ੍ਹਾਂ ਨਾਲ ਮਨੁੱਖਤਾ ਨੂੰ ਬਚਾਉਣ ਲਈ ਗੁਰਦੁਆਰਿਆਂ ਦਾ ਰੋਲ ਸੀ, ਸੰਸਥਾਵਾਂ ਦਾ ਰੋਲ ਸੀ, ਉਸ ਦੀ ਤਾਰੀਫ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ, ਇੰਡੀਆ ਤੋਂ ਬਾਹਰ ਵੀ। ਸੋ ਕਮਲ ਜੀ, ਇਹ ਬਹੁਤ ਵੱਡਾ ਕਦਮ ਸੀ, ਹਾਲਾਂਕਿ ਇਹ ਆਸ ਨਹੀਂ ਸੀ। ਜਿਸ ਤਰ੍ਹਾਂ ਦਾ ਜਿਹੜਾ ਅਕਾਲੀ ਦਲ ਅਤੇ BJP ਦਾ ਅਲਾਇੰਸ ਹੈ, ਉਹਦੇ ਵਿੱਚ ਕਈ ਵਾਰੀ ਐਂ ਲੱਗਦਾ ਸੀ ਵੀ ਸ਼ਾਇਦ ਅਕਾਲ ਤਖ਼ਤ ਨਾ ਉਸ ਤਰ੍ਹਾਂ ਦਖਲ ਦੇਵੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਜਿਹੜਾ ਸਿੱਖਾਂ ਦਾ ਰੋਲ, ਜਿਹੜਾ ਮੈਂ ਕਹਿੰਦਾ ਸਿੱਖ ਭਾਈਚਾਰਾ ਜਿਹੜਾ ਹਮੇਸ਼ਾ ਔਖੇ ਵੇਲੇ ਲੋਕਾਂ ਦੀ ਬਾਂਹ ਫੜਦਾ, ਇਤਿਹਾਸ ਆ ਇਹ। ਉੱਦਾਂ ਭਾਵੇਂ ਜਿੰਨਾ ਮਰਜ਼ੀ ਲੜੀ ਜਾਣ ਜਾਂ ਇਹਨਾਂ ਦੇ ਕਿੰਨੇ ਧੜੇ ਬਣ ਜਾਣ, ਅਕਾਲੀ ਦਲ ਕਿੰਨੀ ਥਾਈਂ ਵੰਡਿਆ ਜਾਵੇ ਜਾਂ ਸਿੱਖ ਧਰਮ ਦੇ ਜਾਂ ਸਿੱਖ ਹੋਰ ਸੰਪਰਦਾਵਾਂ ਅਲੱਗ ਅਲੱਗ ਤਰ੍ਹਾਂ ਰਹਿਣ, ਲੇਕਿਨ ਕਿਸੇ ਦੀ ਮੁਸੀਬਤ ਦੀ ਘੜੀ ਦੇ ਵਿੱਚ ਜਿਸ ਤਰ੍ਹਾਂ ਸਿੱਖ ਕਮਿਊਨਿਟੀ ਜਿਹੜੀ ਉਹ ਬਾਂਹ ਫੜਦੀ ਆ, ਮੇਰੇ ਖਿਆਲ ਦੀ ਮਿਸਾਲ ਜਿਹੜੀ ਦੁਨੀਆਂ 'ਚ ਕਿਤੇ ਨਹੀਂ ਮਿਲਦੀ। ਔਰ ਉਹਨਾਂ ਨੇ ਆਪਣਾ ਇਤਿਹਾਸ ਦੁਹਰਾਇਆ, ਚਾਹੇ ਉਹ ਅਕਾਲ ਤਖ਼ਤ ਦੇ ਜਥੇਦਾਰ ਦੀ ਭੂਮਿਕਾ ਸੀ, ਚਾਹੇ ਉੱਥੋਂ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਸੀ ਜਾਂ ਹੋਰ ਸਿੱਖ ਜਥੇਬੰਦੀਆਂ ਦੀ ਜਿਨ੍ਹਾਂ ਨੇ ਵੀ ਕੰਮ ਕੀਤਾ, ਔਰ ਉਹਨਾਂ ਨੇ ਆਪਣਾ ਇਤਿਹਾਸ ਦੁਹਰਾਇਆ। ਔਰ ਇਤਿਹਾਸ ਸਿੱਖ ਕੌਮ ਜਿਹੜੀ ਹਮੇਸ਼ਾ ਆਪਣਾ ਇਤਿਹਾਸ ਜਿਹੜਾ ਉਹਨੂੰ ਤਰੋਤਾਜ਼ਾ ਰੱਖਦੀ ਹੈ ਔਰ ਸਮੇਂ ਸਮੇਂ ਦੁਹਰਾਉਂਦੀ ਰਹਿੰਦੀ ਹੈ। ਪਰ ਇਹਦਾ ਇੱਕ ਅਸਰ ਜਿਹੜਾ ਪੋਜ਼ਿਟਿਵ ਵੀ ਹੋਇਆ, ਪਰ ਦੂਜੇ ਪਾਸੇ ਜਿਹੜੇ ਹਿੰਦੂ ਕੱਟੜ ਪ੍ਰਸਤ ਹੈਗੇ ਆ ਉਹਨੂੰ ਥੋੜ੍ਹਾ ਡਿਫਰੈਂਟ ਵੀ ਲੈ ਰਹੇ ਆ ਕਿ ਸਿੱਖਾਂ ਅਤੇ ਮੁਸਲਮਾਨਾਂ ਦਾ ਜਿਹੜਾ ਅਲਾਇੰਸ ਹੈ ਉਹਨੂੰ ਅਲਾਇੰਸ ਦੇ ਤੌਰ 'ਤੇ ਲੈ ਰਹੇ ਆ। ਸੋ ਇਹਦਾ ਕੋਈ ਜਿਹੜਾ ਜਿਹੜਾ ਵਿਰੋਧ ਹੈ ਨਾ, ਉਹ ਹਰ ਗੱਲ ਦਾ ਹੁੰਦਾ, ਹਮੇਸ਼ਾ ਹੀ ਵਿਰੋਧ ਹੁੰਦਾ ਰਹਿੰਦਾ। ਲੇਕਿਨ ਜੇ ਤਾਂ ਪੋਜ਼ਿਟਿਵ ਵਿਰੋਧ ਹੋਵੇ ਤਾਂ ਉਹ ਬਹੁਤ ਵਧੀਆ ਗੱਲ ਹੈ, ਉਹਦੇ ਨਾਲ ਚੰਗੇ ਸਿੱਟੇ ਨਿਕਲਦੇ ਆ। ਅਤੇ ਜਦੋਂ ਇਹ ਸੋਚ ਲੈਣਾ ਕਿ ਸਿਰਫ ਦੇਖੋ ਹੁਣ ਜੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੋਈ, ਲਾਂਘਾ ਬਣਨ ਲੱਗਾ, ਚਾਹੇ ਉਹ ਕਿਸੇ ਦੀ ਐਫਰਟ ਨਾਲ ਬਣਿਆ, ਲੇਕਿਨ ਉਹ ਆਮ ਸਿੱਖ ਜਿਹੜਾ ਮਹਿਸੂਸ ਕਰਦਾ, ਗਰਵ ਮਹਿਸੂਸ ਕਰਦਾ, ਉਹ ਮਹਿਸੂਸ ਕਰਦਾ ਵੀ ਚਲੋ ਸਾਡਾ ਸਿੱਖਾਂ ਦਾ ਇੱਕ ਗੁਰਦੁਆਰਾ ਜਿਹੜਾ ਅਸੀਂ ਜਿਹੜਾ ਸਵੇਰ ਉੱਠ ਕੇ ਰੋਜ਼ ਅਰਦਾਸ ਕਰਦੇ ਹਾਂ, ਦਰਸ਼ਨ ਦੀਦਾਰੇ ਦੇ ਖੁੱਲ੍ਹੇ, ਦਰਸ਼ਨ ਦੀਦਾਰੇ ਦੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ, ਉੱਤੇ ਹੁੱਲ ਚੜ੍ਹੇ ਨੇ ਔਰ ਉਹ ਲੋਕ ਜਾ ਕੇ ਉੱਥੇ ਦਰਸ਼ਨ ਦੀਦਾਰੇ ਕੀਤੇ, ਲੇਕਿਨ ਉਹ ਖੁੱਲ੍ਹਣ ਤੱਕ ਲੋਕਾਂ ਨੇ ਉੱਤੇ ਬੜੀਆਂ ਉਂਗਲਾਂ ਉਠਾਈਆਂ। ਅਜੇ ਵੀ ਕਿਤੇ ਖਤਮ ਨਹੀਂ ਹੋਇਆ ਕੰਮ, ਉਹੀ ਐਲੀਮੈਂਟ ਹੈ ਜਿਹੜਾ ਹੁਣ ਦੈਟਸ ਰਾਈਟ, ਉਹ ਅਜੇ ਵੀ ਕਹਿ ਰਹੇ ਜੀ ਇੱਥੇ ਜਿਹੜਾ ਬੰਦਾ ਇੱਕ ਵਾਰੀ ਜਾ ਕੇ ਰਹੇਗਾ ਉਹ 24 ਘੰਟੇ ਅੱਤਵਾਦੀ ਬਣ ਕੇ ਆਏਗਾ। ਪੰਜਾਬ ਦੇ DGP ਦਾ ਬਿਆਨ, ਪੰਜਾਬ ਦੇ DGP ਨੇ ਇੱਥੋਂ ਤੱਕ ਇੱਕ ਜ਼ਿੰਮੇਵਾਰ ਬੰਦੇ ਦਾ ਇਹੋ ਜਿਹਾ ਬਿਆਨ ਜਿਹੜਾ ਉਹ ਆਇਆ, ਜਿਹੜਾ ਕਿ ਨਿੰਦਣਯੋਗ ਹੈ। ਬਾਅਦ 'ਚ ਉਹਨੇ ਇਸ ਗੱਲ 'ਤੇ ਮਾਫ਼ੀ ਵੀ ਮੰਗ ਲਈ ਕਿ ਮੇਰਾ ਕਹਿਣ ਦਾ ਮਤਲਬ ਇਹ, ਉਹ ਇਕੱਲਾ ਪੰਜਾਬ ਦਾ DGP ਨਹੀਂ ਹੈ, ਇੱਕ ਪੂਰਾ ਦਾ ਪੂਰਾ, ਚਾਹੇ ਉਸ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਪੂਰੇ ਪੰਜਾਬ ਤੇ ਰਾਜ ਕਰਨ ਵਾਲੀ ਇੱਕ ਸਰਕਾਰ ਹੀ ਹੈ, ਉਹ ਵੀ ਸਰਕਾਰ ਹੀ ਹੈ, ਪੁਲਿਸ ਜਿਹੜੀ ਹੈ ਸਰਕਾਰ ਹੈ, ਬਿਲਕੁਲ। ਪੰਜਾਬ ਤੋਂ ਬਾਹਰ ਵੀ ਜਿਹੜਾ ਸੈਂਟਰ ਦਾ ਜਿਹੜਾ ਆਪਣਾ ਅਮਲਾ ਫੈਲਾ ਹੈ, ਹਾਂ, ਕੋਈ ਵੀ IPS ਅਫਸਰ ਜਿਹੜਾ ਉਹ ਸੈਂਟਰ ਦੇ ਅੰਡਰ ਹੁੰਦਾ, ਹਾਂ ਬਿਲਕੁਲ, ਉਹਦੇ ਵੱਲੋਂ ਕੋਈ ਗੱਲ ਕਹੀ ਜਾਣੀ ਜਿਹੜੀ ਉਹਦਾ ਕੋਈ ਮਾਇਨੇ ਰੱਖਦੀ ਹੈ। ਤੋ ਇੱਕ ਸਾਈਕੀ ਹੈ ਜਿਹੜੀ ਓਵਰਆਲ ਜਿਹੜੀ ਹੈ, ਜਿਹਨੂੰ ਕਾਓਬਾਇਲਟ ਵੀ ਕਿਹਾ ਜਾਂਦਾ ਜ਼ਿਆਦਾਤਰ, ਜਿਹੜੀ ਇਸ ਪਾਸੇ ਜ਼ਿਆਦਾ ਪਹਿਲਾਂ ਕਰਤਾਰਪੁਰ ਨੂੰ ਲੈ ਕੇ ਹੁਣ ਇਸ ਇਸ਼ੂ ਨੂੰ ਵੀ ਲੈ ਕੇ, ਹਾਂ, ਮੇਰਾ ਮਤਲਬ ਕਹਿਣ ਤੋਂ ਵੀ ਇਹ ਮੇਰੇ ਖਿਆਲ ਸਿੱਖ ਕੌਮ ਦੀ ਇਹ ਤਰਾਸਦੀ ਰਹੀ ਹੈ ਕਿ ਉਹਨਾਂ ਨੇ ਜੇ ਕੋਈ ਚੰਗਾ ਕੰਮ ਵੀ ਕੀਤਾ ਤਾਂ ਉਹਦਾ ਵਿਰੋਧ ਹੋਇਆ, ਕਿਉਂਕਿ ਅਸੀਂ ਘੱਟ ਗਿਣਤੀ 'ਚ ਹਾਂ। ਸਾਡੇ ਹਰ ਗੱਲ ਦੇ ਉੱਤੇ ਸਾਡੇ ਮੂੰਹ ਦੇ ਵਿੱਚ ਜੇ ਅਸੀਂ ਪੰਜਾਬੀ ਸੂਬੇ ਦੀ ਮੰਗ ਕੀਤੀ ਤਾਂ ਹਾਲਾਂਕਿ ਸਾਡਾ ਹੱਕ ਸੀਗਾ, ਪੰਜਾਬੀ ਬੋਲਦੇ ਇਲਾਕੇ ਮੰਗੇ ਅਸੀਂ, ਅਤੇ ਉਦੋਂ ਵੀ ਸਾਨੂੰ ਇੰਨੀਆਂ ਡਾਂਗਾਂ ਪਈਆਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ 5 ਸਾਲ ਦਾ ਹਾਂ ਜਦੋਂ ਮੇਰੇ ਫਾਦਰ ਨੇ ਪੰਜਾਬੀ ਸੂਬੇ ਦੇ ਮੋਰਚੇ 'ਚ ਜੇਲ੍ਹ ਵੀ ਕੱਟੀ ਹੈ ਔਰ ਕਈ ਵਾਰੀ ਸਾਡੇ ਘਰ 'ਤੇ ਛਾਪੇ ਵੱਜੇ, ਕਈ ਵਾਰੀ ਸਾਡੇ ਘਰੋਂ ਮੇਰੇ ਫਾਦਰ ਨੂੰ ਚੁੱਕ ਕੇ ਖੜਿਆ ਗਿਆ। ਮੈਂ ਮਹਿਸੂਸ ਕਰਦਾ ਕਿ ਜੇ ਉਹਦੇ ਮੁਕਾਬਲੇ ਦੇ ਵਿੱਚ ਬਾਕੀ ਵੇਖੀਏ, ਚਾਹੇ ਉਹ ਤੇਲੰਗਾਨਾ, ਚਾਹੇ ਉਹ ਹਰਿਆਣਾ, ਚਾਹੇ ਉਹ ਹਿਮਾਚਲ ਜਾਂ ਹੋਰ ਬਾਕੀ ਸੂਬੇ ਜਿਹੜੇ ਬਣੇ ਉਸ ਤੋਂ ਬਾਅਦ, ਉਹਨਾਂ ਨੂੰ ਇੱਕ ਪਾਣੀ ਦਾ ਗਲਾਸ ਰੋੜੇ ਤੋਂ ਬਗੈਰ ਉਹਨਾਂ ਨੂੰ ਉਹ ਸੂਬੇ ਮਿਲੇ, ਉਹਨਾਂ ਨੂੰ ਪੂਰੇ ਹੱਕ ਮਿਲੇ। ਲੇਕਿਨ ਪੰਜਾਬੀਆਂ ਨੂੰ ਪੰਜਾਬੀ ਸੂਬਾ ਲੈਣ ਲਈ ਉਹਨਾਂ ਨੂੰ ਕਈ ਕੁਝ ਸਹਿਣਾ ਪਿਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਉੱਥੇ ਰੁਦਰਪੁਰ ਦੇ ਲਾਗੇ ਇੱਕ ਹੈਗੀ ਯੂਨੀਵਰਸਿਟੀ ਆ ਪੰਤਨਗਰ, ਉੱਥੇ ਆਏ ਅਤੇ ਮੇਰੇ ਫਾਦਰ ਅਤੇ 4 ਸਿੰਘ ਹੋਰ ਸੀ, ਇਹਨਾਂ ਰਾਤ ਨੂੰ ਕਿਤੇ ਸਲਾਹ ਕੀਤੀ ਵੀ ਆਪਾਂ ਉੱਥੇ ਨਾਅਰੇ ਲਈਏ ਪੰਜਾਬੀ ਸੂਬਾ ਜਿੰਦਾਬਾਦ ਦੇ। ਅਤੇ ਜਦੋਂ ਕਿ ਇਹਨਾਂ ਦੇ ਉਹ ਰਾਤ ਨੂੰ ਮੀਟਿੰਗ ਹੋ ਰਹੀ ਅਤੇ ਇਹਨਾਂ ਨੇ ਕਿਹਾ ਵੀ ਆਪਾਂ ਉੱਥੇ ਘੱਟੋ ਘੱਟ 100 ਬੰਦਾ ਇਕੱਠਾ ਕਰੀਏ, ਇਹ ਨੈਨੀਤਾਲ ਜ਼ਿਲ੍ਹੇ ਦੀ ਗੱਲ ਹੈ। ਅਤੇ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਮੇਰੇ ਫਾਦਰ ਨੇ ਇਹ ਗੱਲ ਕਹੀ ਵੀ ਜੇ ਤੁਸੀਂ ਬਾਹਰ 6ਵੇਂ ਬੰਦੇ ਨੂੰ ਪਤਾ ਲੱਗ ਗਿਆ ਨਾ ਤਾਂ ਤੁਸੀਂ ਉੱਥੇ ਪਹੁੰਚ ਵੀ ਨਹੀਂ ਸਕਣਾ। ਖੈਰ ਜੀ, ਇਹ 5 ਜਣੇ ਜਾ ਕੇ ਬਹਿ ਗਏ। ਜਦੋਂ ਸਪੀਚ ਕਰਨ ਲਈ ਜਵਾਹਰ ਲਾਲ ਨਹਿਰੂ ਉੱਠਿਆ ਤਾਂ ਇਹਨਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਏ। ਮੈਨੂੰ ਦੱਸਦੇ ਸੀ ਉਦੋਂ ਵੀ ਇੰਨੀਆਂ ਕੁ ਡਾਂਗਾਂ ਵੱਜੀਆਂ, ਪਤਾ ਨਹੀਂ ਕਿੱਧਰੋਂ ਕਿੱਧਰੋਂ ਆਏ ਤਾਂ ਚੁੱਕ ਕੇ ਲੈ ਗਏ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਤਾ, ਕਈ ਕੁਛ ਹੋਇਆ। ਕਹਿਣ ਤੋਂ ਮਤਲਬ ਵੀ ਉੱਥੇ ਹਰ ਸਿੱਖ ਨੇ ਪੰਜਾਬੀ ਸੂਬਾ ਮੰਗਣ ਵਾਸਤੇ
ਜੇਲ੍ਹਾਂ ਮੰਗੀ ਦਿੱਤੀਆਂ, ਆਪਣੇ ਘਰਾਂ ਦੇ ਕੁਰਕੀਆਂ ਕਰਾਈਆਂ, ਘਰ ਬਾਰ ਤਬਾਹ ਕਰਤੇ ਸਰਕਾਰਾਂ ਨੇ, ਲੇਕਿਨ ਇਹਦੇ ਮੁਕਾਬਲੇ ਵਿੱਚ ਬਾਕੀ ਸੂਬਿਆਂ ਨੂੰ ਜਿਹੜੇ ਸੂਬੇ ਮਿਲੇ ਆ ਉਹਨਾਂ 'ਤੇ ਉਹਨਾਂ ਨੂੰ ਤਾਂ ਪਾਣੀ ਦਾ ਗਲਾਸ ਨਹੀਂ ਰੋੜਨਾ ਪਿਆ, ਇੱਥੇ ਤਾਂ ਅਸੀਂ ਖੂਨ ਰੋਲਿਆ। ਸੋ ਅੱਜ ਤੱਕ ਵੀ ਉਹ ਜੇ ਜ਼ਖਮ ਮੱਲੇ ਨੇ ਪੰਜਾਬੀ ਸੂਬੇ ਦੇ ਮੋਰਚੇ, ਜਿਹੜੇ ਲੋਕ ਗਏ ਸੀ, ਜਿੰਨੇ ਲੋਕਾਂ ਨੇ ਕੈਦਾਂ ਕੱਟੀਆਂ, ਉਹਨਾਂ ਨੂੰ ਮੇਰੇ ਖਿਆਲ ਅਕਾਲੀ ਦਲ ਵਿੱਚ ਵੀ ਕੋਈ ਬਹੁਤਾ ਵਧੀਆ ਕੋਈ ਜਗ੍ਹਾ ਨਹੀਂ ਮਿਲੀ, ਉਹ ਲੋਕ ਹੋਰ ਹੀ ਸੀ ਜਿਹੜੇ ਲੋਕ ਕਬਜ਼ਾ ਕਰ ਗਏ ਇੱਥੇ। ਲੇਕਿਨ ਇਹਦੇ ਬਾਵਜੂਦ ਸਿੱਖਾਂ ਨੂੰ ਹਮੇਸ਼ਾ, ਫਿਰ ਜੇ ਪੰਜਾਬੀ ਸੂਬੇ ਦਾ ਮੋਰਚੇ ਤੋਂ ਬਾਅਦ ਜੇ ਮੁੜ ਕੇ ਐਮਰਜੈਂਸੀ ਲੱਗੀ ਤਾਂ ਵੀ ਸਿੱਖਾਂ ਨੇ ਮੋਰਚਾ ਲਾਇਆ, ਐਮਰਜੈਂਸੀ ਦੇ ਖਿਲਾਫ਼ ਵੀ ਲੋਕਾਂ ਲੱਖਾਂ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਕਹਿਣ ਤੋਂ ਮਤਲਬ ਸਿੱਖਾਂ ਨੂੰ ਹਮੇਸ਼ਾ ਹੀ ਇਸ ਤਰੀਕੇ ਨਾਲ ਵੇਖਿਆ ਗਿਆ ਵੀ ਇਹ ਦੋ ਨੰਬਰ ਦੇ ਸ਼ਹਿਰੀ ਨੇ, ਉਹ ਇਹਨਾਂ 'ਤੇ ਜੇ ਅਗਰ ਉਹ ਚੱਜ ਦਾ ਕੰਮ ਵੀ ਕਰਦੇ ਆ ਤਾਂ ਮੇਰੇ ਖਿਆਲ ਉਹਨਾਂ ਨੂੰ ਉਦੋਂ ਵੀ ਇਹ ਕਿਹਾ ਜਾਂਦਾ ਜੀ ਇਹ। ਹਾਲਾਂਕਿ ਉਹਨਾਂ ਨੇ ਤਾਂ ਸਾਰਿਆਂ ਲਈ ਦਰਵਾਜ਼ੇ ਖੋਲ੍ਹੇ ਆ, ਜੇ ਉੱਥੇ ਲੰਗਰ ਜੇ ਲੰਗਰ ਲਾਇਆ ਵਿਕਟਮ ਹੈ, ਜੇ ਕਾਫੀ ਨਹੀਂ ਵਿਕਟਮ ਨਾ ਵੀ ਹੋਵੇ, ਜੇ ਕੋਈ ਲੰਗਰ ਲੱਗਾ ਤਾਂ ਉੱਥੇ ਮੁਸਲਮਾਨ ਖਾ ਜਾਏ, ਹਿੰਦੂ ਖਾ ਜਾਏ, ਈਸਾਈ ਖਾ ਜਾਏ ਜਾਂ ਸਿੱਖ ਵੀ ਕੋਈ ਖਾ ਜਾਏ ਤਾਂ ਉੱਥੇ ਕਿਸੇ ਨੂੰ ਰੋਕਿਆ ਤਾਂ ਨਹੀਂ ਜਾਂਦਾ। ਹਿੰਦੂ ਵੀ ਕਾਫੀ ਵੱਡੀ ਗਿਣਤੀ 'ਚ ਮਾਰੇ ਗਏ, ਬਿਲਕੁਲ ਮਾਰੇ ਗਏ, ਜਿਹੜੇ ਕਿ ਹੋ ਸਕਦਾ ਕਈ ਤੱਤ ਸਾਹਮਣੇ ਨਹੀਂ ਆ ਰਹੇ, ਨੁਕਸਾਨ ਤਾਂ ਹੋਇਆ, ਸਭ ਦਾ ਹੋਇਆ ਉੱਥੇ, ਨੁਕਸਾਨ ਤਾਂ ਸਭ ਦਾ ਹੋਇਆ। ਮੈਂ ਕਹਿੰਦਾ ਵੀ ਜਦੋਂ ਇਹ ਸਾਰਾ ਕੁਛ ਹੋਇਆ ਉਦੋਂ 84 ਦੀ ਜਿਹੜੀ ਯਾਦ ਹੈ ਉਹ ਤਾਜ਼ਾ ਹੋ ਗਈ, ਜਿਹੜੀ 84 ਦੰਗੇ ਕਹਿ ਜਾ ਰਹੇ ਆ, ਐਕਚੁਅਲ ਦੰਗੇ ਨਹੀਂ, ਐਕਚੁਅਲ ਨਸਲਕੁਸ਼ੀ ਸੀ, ਔਰ ਉਹ ਬਕਾਇਦਾ ਉੱਥੇ ਕਿੰਨਾ ਦੇ ਉਹਨਾਂ ਨੂੰ ਕਿੰਨਾ ਸਿੱਖਾਂ ਨੂੰ ਮਾਰਿਆ ਗਿਆ, ਹਜ਼ਾਰਾਂ ਸਿੱਖਾਂ ਨੂੰ ਮਾਰਿਆ ਗਿਆ, ਗਲਾਂ 'ਚ ਟਾਇਰ ਪਾ ਪਾ ਮਾਰਿਆ ਗਿਆ, ਅੱਜ ਵੀ ਉਹ ਕੁਝ ਹੋਇਆ। ਤੁਸੀਂ ਅੱਜ ਵੇਖੋ ਜਿਹੜੀ ਟਾਇਰ ਮਾਰਕੀਟ ਆ ਉਹਦੇ 'ਚ ਕਿੰਨੀਆਂ ਸਿੱਖਾਂ ਦੀਆਂ ਟਾਇਰਾਂ ਦੀਆਂ ਦੁਕਾਨਾਂ ਨੇ, ਸ਼ਾਇਦ ਤੁਸੀਂ ਵੇਖੀ ਕਿ ਨਹੀਂ ਵੇਖੀ, ਉਹ 'ਚ ਪੰਜਾਬੀਆਂ ਦੀਆਂ ਕਿੰਨੀਆਂ ਦੁਕਾਨਾਂ ਨੇ। ਉਹ ਇਹ ਤਾਂ ਨਹੀਂ ਜਦੋਂ ਅੱਗ ਲੱਗਣ ਲੱਗੀ ਆ ਤਾਂ ਉਹ ਮੁਸਲਮਾਨ ਦੀ ਦੁਕਾਨ 'ਤੇ ਲੱਗ ਗਈ ਆ ਅਤੇ ਸਿੱਖ ਦੀ ਦੁਕਾਨ ਨੂੰ ਬਚ ਗਈ ਜਾਂ ਹਿੰਦੂ ਦੀ ਦੁਕਾਨ ਨੂੰ ਬਚ ਗਈ ਹੈ, ਨੁਕਸਾਨ ਆਲ ਓਵਰ ਸਾਰਿਆਂ ਦਾ। ਦੇਖੋ ਇੱਕ ਸਾਈਕੀ, ਤੁਸੀਂ ਇਹ ਸਮਝਦੇ ਹੋ ਸਾਈਕੀ ਜਿਹੜੀ ਆ ਉਹ ਕਿਸੇ ਵੀ ਪੋਲੀਟੀਕਲ ਪਾਰਟੀ 'ਚ ਬੈਠੀ ਹੋ ਸਕਦੀ ਹੈ, ਬਿਲਕੁਲ, ਉਹ ਕਾਂਗਰਸ 'ਚ ਬੈਠੀ ਹੈ, ਉਹ ਬੀਜੇਪੀ 'ਚ ਹੈ, ਹੋ ਸਕਦਾ ਅਕਾਲੀ ਦਲ 'ਚ ਵੀ ਬੈਠੀ ਹੋਵੇ, ਸਾਈਕੀ ਵਾਲੇ ਬੰਦੇ ਜਿਹੜੇ ਆ, ਪ੍ਰੋਬਲਮ ਤਾਂ ਉਹਨਾਂ ਦੀ ਹੈ ਨਾ। ਬਿਲਕੁਲ, ਉਹਨਾਂ ਨੇ ਵੇਖਣਾ ਵੀ ਸਾਡੀ ਕੁਰਸੀ ਜਿਹੜੀ ਹੈ ਕਿਵੇਂ ਕਾਇਮ ਰਹਿੰਦੀ ਹੈ, ਸਾਡੀ ਲੀਡਰਸ਼ਿਪ ਕਿਵੇਂ ਕਾਇਮ ਰਹਿੰਦੀ ਹੈ, ਕਿ ਦੂਰ ਕੀ ਜਾਂਦੇ ਹੋ। ਭਾਜਪਾ ਦੇ ਬੰਦਿਆਂ ਨੇ ਕਿਹਾ ਦੇਸ਼ ਕੇ ਗਦਾਰਾਂ ਕੋ ਗੋਲੀ ਮਾਰੋ, ਇਹ ਟੀਵੀ 'ਤੇ ਲੋਕਾਂ ਨੇ ਵੇਖਿਆ, ਇਹਨਾਂ ਲੋਕਾਂ ਨੇ ਕਿੱਦਾਂ ਇਹਨਾਂ ਨੇ ਚੁਣ ਚੁਣ ਕੇ ਮਾਰੋ ਕਿਹਾ ਲਫ਼ਜ਼ ਕਿਹਾ, ਇਹ ਕੋਈ ਚੰਗਾ ਜਦੋਂ ਹੁਣ ਰੌਲਾ ਪਿਆ ਫਿਰ ਉਹਨਾਂ ਦੇ ਖਿਲਾਫ਼ FIRs ਦਰਜ ਹੋ ਰਹੀਆਂ। ਸੋ ਕਹਿਣ ਤੋਂ ਮਤਲਬ ਇਹ ਆ ਵੀ ਇਹ ਕੰਟਰੋਲ ਜਿਹੜਾ ਸਾਰਿਆਂ 'ਤੇ ਹੋਣਾ ਚਾਹੀਦਾ, ਨਾ ਕਿ ਇਕੱਲੇ ਸਿੱਖਾਂ 'ਤੇ। ਸਿੱਖ ਕੋਈ ਚਾਹੀਦਾ ਕੰਮ ਵੀ ਕਰੇ ਤਾਂ ਉਹਨੂੰ ਕਹਿੰਦੇ ਜੀ ਇਹ ਅੱਤਵਾਦੀ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਵੇਖਣ ਵਾਲੀਆਂ ਨੇ, ਇਹਨਾਂ ਨੂੰ ਇਹ ਵਾਚਣ ਦੀ ਲੋੜ ਆ, ਇਹਨਾਂ 'ਤੇ ਕੰਮ ਕਰਨ ਦੀ ਲੋੜ ਹੈ। ਸੋ ਦੂਜਾ ਜਿਹੜਾ ਵਿਵਾਦ ਹੈ ਕਾਫੀ ਭਖਦਾ ਜਾ ਰਿਹਾ, ਉਹ ਸੰਤ ਢੰਡਰੀਆਂ ਵਾਲਾ ਵਰਸਸ ਟਕਸਾਲ ਸੀ, ਸ਼ੁਰੂ ਹੋਇਆ ਸੀ ਸ਼ਬੀਲ ਵਾਲਾ ਕਾਂਡ, ਸਾਰਿਆਂ ਨੂੰ ਪਤਾ ਹੈ ਨਾ। ਸੋ ਉਹ ਹੁਣ ਵਿਵਾਦ ਹੈ ਬਹੁਤ ਜ਼ਿਆਦਾ ਖੁੱਲ੍ਹੇ ਰੂਪ 'ਚ ਸਾਹਮਣੇ ਆ ਰਿਹਾ, ਉਹ ਵਿਵਾਦ ਹੁਣ ਅਕਾਲ ਤਖ਼ਤ ਵਰਸਿਸ ਢੰਡਰੀਆਂ ਵਾਲਾ ਵੀ ਬਣਦਾ ਜਾ ਰਿਹਾ। ਸੋ ਪੰਥ ਜਿਹੜਾ ਹੈ ਦਫਾੜ ਹੋ ਰਿਹਾ, ਇੰਟਲੈਕਚੁਅਲ ਵੀ ਗੱਲਾਂ ਕਰ ਰਹੇ ਆ, ਸੋ ਕੀ ਵਿਵਾਦ ਹੈ ਕੀ? ਪਹਿਲੀ ਗੱਲ ਤੇ ਇੱਕ ਕਾਲ ਆਈ ਹੈ, ਕਾਲ ਲੈਣੇ ਫਿਰ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਸਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਸਪਾਲ ਜੀ, ਤੁਹਾਡਾ ਪ੍ਰੋਗਰਾਮ ਦੇਖ ਰਹੇ ਸੀ, ਬੜਾ ਵਧੀਆ ਹੈ। ਪਰ ਇਹ ਤਾਂ ਗੋਧਰਾ ਕਾਂਡ ਰਿਪੀਟ ਹੋਇਆ ਜੀ। ਹਾਂਜੀ, ਤੁਹਾਡੀ ਗੱਲ ਸਹੀ ਹੈ ਬਿਲਕੁਲ। 2002 ਹਾਂਜੀ 2002 ਦਾ ਗੋਧਰਾ ਕਾਂਡ ਰਿਪੀਟ ਕੀਤਾ ਗਿਆ। ਬਿਲਕੁਲ, ਤੁਹਾਡੀ ਗੱਲ ਸਹੀ ਹੈ ਜੀ। ਉਹੀ ਬੰਦੇ ਆ, ਉਹੀ ਸ਼ਖਸ ਆ ਜਿਹੜੇ ਸਾਰਾ ਕੁਛ ਕਰ ਰਹੇ, ਉਹੀ ਉਦਾਂ ਦੀ ਸੋਚ ਵਾਲੇ ਬੰਦੇ ਹੀ ਹੈ। ਉਹੋ ਜੇ ਤੁਸੀਂ ਉਹਨੂੰ ਧਿਆਨ ਨਾਲ ਦੇਖੋਗੇ ਤੇ ਕੋਈ ਵੀ ਜਿਹੜੀ ਫੋਰਸ ਹੈਗੀ ਆ ਉਹਨੂੰ ਨਿਕਲ ਨਹੀਂ ਦਿੱਤਾ ਗਿਆ। ਇਹ ਸਾਡੇ ਹਿੰਦੁਸਤਾਨ ਦੀ ਵੀ ਸਾਡੀ ਬੜੀ ਵੱਡੀ ਤ੍ਰਾਸਦੀ ਹੈ। ਔਰ ਇਹਦਾ ਜਿਹੜਾ ਰਿਜ਼ਲਟ ਹੈਗਾ ਉਹ ਵੈਸੇ ਤਾਂ ਬਹੁਤ ਖਤਰਨਾਕ ਹੀ ਹੋਏਗਾ, ਕਿਉਂਕਿ ਤੁਸੀਂ ਆਵਾਮ ਨੂੰ ਜ਼ਿਆਦਾ ਦਿਲ ਦਿਮਾਗ ਕੇ ਨਹੀਂ ਰੱਖ ਸਕਦੇ। ਬਿਲਕੁਲ ਜੀ। ਇਹਦੇ ਨਾਲ ਜਿਹੜੀ ਹਿੰਦੂ ਕਮਿਊਨਿਟੀ ਦਾ ਜ਼ਿਆਦਾ ਨੁਕਸਾਨ ਹੋਏਗਾ ਫਿਊਚਰ ਦੇ ਵਿੱਚ, ਕਿਉਂਕਿ ਇਹਦੇ ਨਾਲ ਜੋ ਮੁਸਲਮਾਨ ਜਿਹੜੇ ਹੁਣ ਚੁੱਪ ਬੈਠੇ ਹੋਏ ਆ ਉਹ ਬੜੀ ਵੱਡੀ ਸੱਟ ਵੱਜੇਗੀ, ਤੇ ਉਹਦੇ ਨਾਲ ਸਾਡਾ ਜਿਹੜਾ ਹਿੰਦੁਸਤਾਨ ਦੇ ਵਿੱਚ ਡਿਸਐਬਿਲਿਟੀ ਜ਼ਿਆਦਾ ਹੋ ਜਾਏਗੀ, ਕੰਟਰੋਲ ਨਹੀਂ ਹੋਊਗੀ। ਇਸ ਬਾਰੇ ਤਾਂ ਹੁਣੇ ਜਦੋਂ ਕਿਤੇ ਸੋਚਦੇ ਹਾਂ ਤੇ ਦਿਲ ਵੀ ਰੋਂਦਾ ਤੇ ਅੱਖਾਂ ਵੀ ਰੋਂਦੀਆਂ। ਜੀ ਠੀਕ ਹੈ ਜੀ। ਠੀਕ ਹੈ ਜੀ, ਓਕੇ ਓਕੇ, ਥੈਂਕ ਯੂ ਜੀ, ਥੈਂਕ ਯੂ, ਓਕੇ ਥੈਂਕ ਯੂ। ਸੋ ਜਿਹੜੀ ਗੱਲ ਕਰ ਰਹੇ ਸੀ ਆਪਾਂ, ਸੋ ਵਿਵਾਦ ਆ ਜਿਹੜਾ ਕਿਸ ਪਾਸੇ ਨੂੰ ਲੈ ਕੇ ਜਾ ਰਿਹਾ? ਦੇਖੋ ਜੀ, ਪਹਿਲੀ ਗੱਲ ਤਾਂ ਆ ਕਿ ਵਿਵਾਦ ਹੋਣ ਦੇ ਕਈ ਕਾਰਨ ਨੇ। ਪਹਿਲੀ ਗੱਲ ਤਾਂ ਸਾਡੇ ਜਿਹੜੇ ਇੰਟੈਕਚੁਅਲ ਨੇ ਉਹਨਾਂ ਤੋਂ ਨਾ ਤਾਂ ਸਮੇਂ 'ਤੇ ਕੋਈ ਸਲਾਹ ਲਈ ਜਾਂਦੀ ਹੈ, ਨਾ ਉਹਨਾਂ ਨੇ ਹੀ ਕੌਮ ਨੂੰ ਕੋਈ ਸੇਧ ਦਿੱਤੀ ਹੈ, ਜਿਸ ਕਰਕੇ ਇਹ ਵੱਖ ਵੱਖ ਜਿਹੜੀਆਂ
ਜਥੇਬੰਦੀਆਂ ਜਾਂ ਉਹਨਾਂ ਨੇ ਆਪਣੀਆਂ ਪੰਜਾਬੀ ਜਿਹਨੂੰ ਕਹਿ ਲਈਏ ਕਿ ਆਪਾਂ ਉਹਨਾਂ ਨੇ ਦੁਕਾਨਾਂ ਖੋਲ੍ਹੀਆਂ, ਡੇਰਾਬਾਦ ਸ਼ੁਰੂ ਹੋ ਗਿਆ, ਔਰ ਤੁਸੀਂ ਵੇਖੋ ਵੀ ਉਹਨੇ ਪੰਜਾਬ ਦੇ ਵਿੱਚ ਗੁਰਦੁਆਰੇ ਨਹੀਂ ਹੈਗੇ ਜਿੰਨੇ ਇਸ ਵੇਲੇ ਪੰਜਾਬ ਦੇ ਵਿੱਚ ਡੇਰੇ ਹੈਗੇ, ਔਰ ਡੇਰਿਆਂ ਨੂੰ ਪ੍ਰਫੁੱਲਿਤ ਕਰਨ ਵਾਲੇ ਵੀ ਇਹ ਪੋਲੀਟੀਕਲ ਲੋਕ ਨੇ, ਕਿਉਂਕਿ ਇਹਨਾਂ ਨੂੰ ਇਹ ਸੀ ਵੀ ਇੱਕ ਡੇਰੇ ਦਾ ਮੁਖੀ ਜਿਹੜਾ ਉਹਨੂੰ ਕਾਬੂ ਕਰ ਲਿਆ ਅਤੇ ਉਹਦੀਆਂ ਸਾਰੀਆਂ ਵੋਟਾਂ ਜਿਹੜੀਆਂ ਉਹ ਸਾਡੇ ਕੋਲ ਆ ਗਈਆਂ। ਇਹੋ ਹੀ ਕਾਰਨ ਸੀ ਸਰਸੇ ਵਾਲੇ ਦੇ ਪ੍ਰਫੁੱਲਿਤ ਹੋਣ ਦਾ, ਉਹਦੀਆਂ ਵੋਟਾਂ, ਔਰ ਇਹੋ ਹੀ ਕਾਰਨ ਆ ਜਿਹੜੇ ਬਾਕੀ ਹੋਰ ਡੇਰੇ ਜਿਹੜੇ ਸਮੇਂ ਸਮੇਂ 'ਤੇ ਜਿਹੜੇ ਪ੍ਰਫੁੱਲਿਤ ਹੋਏ ਆ, ਔਰ ਉਹ ਜਿਹੜੇ ਡੇਰੇ ਪ੍ਰਫੁੱਲਿਤ ਹੋਏ ਆ ਉਹ ਹੁਣ ਇੰਨੇ ਕੁ ਪਨਪ ਗਏ ਕਿ ਉਹਨੇ ਲੀਡਰਾਂ ਦੇ ਵੀ ਗ੍ਰਿਫ 'ਚੋਂ ਬਾਹਰ ਨਿਕਲ ਗਿਆ, ਕਿਉਂਕਿ ਉਹਨਾਂ ਨੂੰ ਆਪਣੀ ਹਸੀਅਤ ਦਾ ਪਤਾ ਲੱਗ ਗਿਆ ਕਿ ਜੇ ਅਸੀਂ ਇਹਨਾਂ ਤੋਂ ਜ਼ਰਾ ਕੁ ਇੱਖਾਂ ਵਹਾਵਾਂਗੇ ਤਾਂ ਸਾਡੇ ਕਹਿਣ 'ਤੇ ਚੱਲਣਗੇ, ਔਰ ਇਹ ਚੱਲਦੇ ਰਹੇ ਲੀਡਰ ਸਾਰੇ ਚੱਲਦੇ ਰਹੇ। ਹੁਣ ਉਹਨਾਂ ਲੋਕਾਂ ਨੇ ਵੇਖੋ ਅਕਾਲ ਤਖ਼ਤ ਨੂੰ ਵੀ ਵਰਤਿਆ, ਚਾਹੇ ਉਹ ਸਰਸੇ ਵਾਲਾ ਬਾਬਾ ਚਾਹੇ ਹੋਰ ਵੀ ਕੋਈ ਲੀਡਰ ਨੇ ਜਾਂ ਬਾਬੇ ਨੇ ਜਿੰਨੇ ਵੀ ਹੈਗੇ ਆ, ਉਹਨਾਂ ਨੇ ਹਰ ਤਰ੍ਹਾਂ ਨਾਲ ਵਰਤਿਆ। ਹੁਣ ਜਦੋਂ ਇਹ ਗੱਲ ਲੋਕਾਂ ਦੇ ਸਾਹਮਣੇ ਆਈ ਹੈ ਉਦੋਂ ਤੱਕ ਤਾਂ ਸਾਰੇ ਲੋਕ ਚੁੱਪ ਰਹੇ, ਇੰਟੈਕਚੁਅਲੀ ਚੁੱਪ ਰਹੇ, ਸਾਰੇ ਲੋਕ ਚੁੱਪ ਰਹੇ ਜਿਹੜੇ ਕਿ ਉਹਨਾਂ ਨੂੰ ਉਸ ਵੇਲੇ ਕੋਈ ਰੋਲ ਨਿਭਾਉਣਾ ਚਾਹੀਦਾ ਸੀਗਾ ਵੀ ਆਹ ਗੱਲ ਨਹੀਂ ਹੋਣੀ ਚਾਹੀਦੀ। ਜੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੋਈ ਕਿਸੇ ਨੂੰ ਮਾਫ਼ ਕੀਤਾ ਜਾਂ ਕਿਸੇ 'ਤੇ ਕੋਈ ਇਲਜ਼ਾਮ ਲਾਇਆ ਜਾਂ ਕਿਸੇ ਨੂੰ ਇਹ ਮਹਿਸੂਸ ਕੀਤਾ ਵੀ ਇਹ ਬੰਦੇ ਨੇ ਗਲਤ ਕੰਮ ਕੀਤਾ, ਸਜ਼ਾ ਮਿਲਣੀ ਚਾਹੀਦੀ। ਇਹ ਨਹੀਂ ਕਿ ਅੱਜ ਤੁਸੀਂ ਕਿਸੇ ਨੂੰ ਪੰਥ 'ਚੋਂ ਕੱਢ ਦਿਓ ਅਤੇ ਅਗਲੇ ਦਿਨ ਉਹਨੂੰ ਪੰਥ 'ਚੋਂ ਮੁੜ ਕੇ ਵਾਪਸ ਵੀ ਲੈ ਲਓ ਅਤੇ ਉਹਨੂੰ ਮਾਫ਼ ਵੀ ਕਰ ਦਿਓ ਸਾਰਾ ਸਾਰਿਆਂ ਨੂੰ ਕਿੱਧਰੋਂ ਹਮਲਾ ਹੋਇਆ ਸੀ। ਕਾਲ ਹੋਈ ਹੈ, ਹੋਰ ਆਈ ਹੈ ਕਾਲ ਲੈਣ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਬਿਲਕੁਲ ਜੀ, ਤੁਹਾਡੇ ਲਈ ਮੰਚ ਖੁੱਲ੍ਹਾ। ਮੇਰਾ ਨਾਮ ਜਸਪਾਲ ਛੇਤਰਾ ਜੀ ਤੇ ਮੇਰੇ ਨਾਲ ਹੈਗੇ ਕਮਲਜੀਤ ਸਿੰਘ ਕੰਵਲ ਮੇਰੇ ਨਾਲ ਹੈਗੇ। ਬੰਦਾ ਮਾਰ ਛੱਡਿਆ, ਫੇਰ ਉਸ ਤੋਂ ਬਾਅਦ ਇਹ ਕਸੂਰਵਾਰ ਹੋ ਗਿਆ, ਪਹਿਲਾਂ ਉਹ ਕਸੂਰਵਾਰ ਸੀ ਢੱਡੀ ਵਾਲਾ, ਉਸ ਤੋਂ ਬਾਅਦ ਫਿਰ ਤੋਂ ਮਕਸੂਰਵਾਰ। ਉਹ ਤੋਂ ਮੇਰੇ ਮੈਨੂੰ ਪਹਿਲਾਂ ਪੇਚ ਕਰਾਉਣਾ ਚਾਹੀਦਾ ਸੀ ਕਿ ਤੂੰ ਸ਼ਪੀਲ ਲਾ ਕੇ ਨਹੀਂ ਸੀ ਬੰਦਾ ਮਾਰਨਾ, ਤੂੰ ਮਾਰਕੀਟ ਚ ਜਾ ਕੇ ਮਾਰਿਆ, ਉਹਦੇ ਘਰ ਜਾ ਕੇ ਮਾਰਿਆ ਦਾ ਵੱਖਰੀ ਗੱਲ। ਤੇ ਸ਼ਪੀਲ ਨੂੰ ਬਦਨਾਮ ਕੀਤਾ, ਉਹ ਵੀ ਗੁਰੂ ਜੀ ਇੱਕ ਬੜਾ ਵੱਡਾ ਸਾਡਾ ਇੱਕ ਸਿੰਬਲ ਸੀਗਾ ਕਿ ਸੰਗਤ ਦੀ ਸੇਵਾ ਕਿਵੇਂ ਜਲ ਪਾਣੀ ਦੀ ਕਰਦੇ ਰਹਿਣੇ। ਇਵੇਂ 84 ਚ ਮੈਂ ਅੰਮ੍ਰਿਤਸਰ ਹੀ ਸੀਗਾ ਜੀ, ਸੰਦੋਖ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਧਰ 84 ਚ ਮਾਰੇ ਜਾ ਰਹੇ ਸੀ ਆਪਣੇ ਸਿੱਖਾਂ ਨੂੰ, ਤੇ ਸਾਡੇ ਉੱਧਰ ਬਾਬੇ ਕਾਸੇ ਵੱਲ ਉਹਨਾਂ ਨੇ ਲੰਗਰ ਲਾਇਆ ਹੋਇਆ ਸੀ ਕਿ ਜਿਹੜੇ ਪੁਲਿਸ ਵਾਲੇ ਉਹ ਲੰਗਰ ਵੀ ਛਕ ਰਹੇ ਸੀ ਤੇ ਉਹ ਕਹਿ ਰਹੇ ਸੀ ਖੁਦ ਕਿ ਇਹ ਜੀ ਕੌਮ ਹੈ ਕਿਉਂਕਿ ਮਾਰੇ ਜਾ ਰਹੇ ਨੇ ਤੇ ਲੰਗਰ ਪ੍ਰਸ਼ਾਦਾ ਛਕਾ ਰਹੇ ਨੇ, ਜਿਹੜੇ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਦੂਜੀਆਂ ਫੌਜਾਂ ਆਈਆਂ ਸੀ ਉੱਥੋਂ BSF ਵਗੈਰਾ CRP ਦੇ ਉਹ ਤੇ ਇਹ ਪਹਿਲਾਂ ਉਹਨਾਂ ਨੂੰ ਪੰਚਮਿੰਟ ਦੇਣੀ ਚਾਹੀਦੀ। ਹਜੇ ਤੱਕ ਵੀ ਕੌਮ ਦਾ ਕੁਛ ਨੀ ਬਿਗੜ ਰਿਹਾ, ਜੋ ਨੁਕਸਾਨ ਤੇ ਹੋ ਗਿਆ ਹੁਣ ਵੀ ਪਹਿਲਾਂ ਧੁਨੇ ਨੂੰ ਪੇਚ ਕੀਤਾ ਜਾਵੇ ਉਹ ਹੋਊਗਾ। ਸਿਰਫ ਉਹਦੇ ਮਨ ਚ ਇੱਕ ਰੋਸ ਹੈਗੇ, ਜਿੱਦਾਂ ਆਪਾਂ ਮੰਨ ਲਓ ਕਹਿ ਲਓ ਕਿ ਜਿਵੇਂ ਇੱਕ ਇੱਕ ਤੇਰੇ ਚਾਰ ਪੁੱਤਰ ਨੇ, ਉਹ ਤਿੰਨਾਂ ਪੁੱਤਰਾਂ ਨੂੰ ਤਾਂ ਸਹੀ ਕਹੀ ਜਾ ਰਿਹਾ, ਇੱਕ ਨੂੰ ਹੀ ਗਲਤ ਕਹੀ ਜਾ ਰਿਹਾ, ਤੇ ਉਹ ਨਾ ਚਾਹੁੰਦੇ ਹੋਇਆ ਵੀ ਅਗਲਾ ਛਦਾਈ ਹੋ ਕੇ ਪੁੱਠੇ ਕੰਮ ਨੂੰ ਤੁਰ ਪੈਂਦਾ, ਉਹ ਹਿਸਾਬ ਢੱਡੀਆਂ ਵਾਲੇ ਨਾਲ ਹੋਇਆ ਪਿਆ। ਕਿਸੇ ਇੱਕ ਵੀ ਧਾਰਮਿਕ ਬੰਦੇ ਨੇ, ਪੋਲੀਟੀਕਲ ਬੰਦੇ ਨੇ, ਕਿਸੇ ਨੇ ਵੀ ਧੁੰਮੇ ਨੂੰ ਗਲਤ ਨੀ ਕਿਹਾ ਹੈਗਾ ਕਿ ਤੂੰ ਭਾਈ ਇਹ ਵਾਧਾ ਕੀਤਾ, ਸਾਡੇ ਬੰਦਾ ਨੀ ਮਾਰਨਾ, ਉਤਰਾ ਤੂੰ ਜੋ ਕਰਨਾ ਸੀ ਸਾਡੇ ਕੋਲ ਪੇਸ਼ ਹੀ ਪਾਉਂਦਾ, ਜੋ ਖਵਾਉਂਦਾ ਇਹ ਕਰਦੇ। ਹੁਣ ਇਹ ਇੰਨਾ ਕੁ ਮੁੱਦਾ ਵੱਧ ਗਿਆ ਕਿ ਸਿੱਖ ਕੌਮ ਨੂੰ ਇੰਨੀ ਕੁ ਡਿਵਾਈਡ ਕਰ ਦਿੱਤੀ ਇਹਨਾਂ ਨੇ ਕਿ ਇਹੋ ਜਿਹਾ ਹਾਲ ਹੋ ਗਿਆ। ਤੇ ਜਿਹੜੀ ਅੱਗੇ ਭਾਈ ਸਾਹਿਬ ਗੱਲ ਕਰ ਰਹੇ ਸੀ ਪੰਜਾਬੀ ਮੁੱਦੇ ਦੀ, ਉਹ ਇਹੀ ਵਜ੍ਹਾ ਕਿ ਸਾਨੂੰ ਕੋਈ ਵੀ ਚੀਜ਼ ਲੈਣੀ ਪੰਜਾਬ ਵਾਸਤੇ ਜਾਂ ਕੋਈ ਵੀ ਕੰਮ ਕਰਵਾਉਣਾ, ਸਾਨੂੰ ਪਹਿਲਾਂ ਉਹਦੇ ਵਾਸਤੇ ਪੂਰੀ ਸਟਰਗਲਿੰਗ ਕਰਨੀ ਪੈਂਦੀ ਹੈ ਜਾਂ ਮਰਨਾ ਪੈਂਦਾ, ਸ਼ਹੀਦੀਆਂ ਦੇਣੀਆਂ ਪੈਂਦੀਆਂ ਨੇ, ਕਿਉਂਕਿ ਸਾਡੇ ਪੰਜਾਬੀ ਵਿਕ ਜਾਂਦੇ ਆ ਜਾਂ ਡਿਵਾਈਡ ਜਲਦੀ ਹੋ ਜਾਂਦੀ ਆ, ਇਹੀ ਇੱਕ ਮੇਨ ਕਾਰਨ ਹੈ। ਜੇ ਹਜੇ ਵੀ
ਭਾਈ ਹਰਪ੍ਰੀਤ ਸਿੰਘ ਹੈਗੇ ਨੇ, ਹਰਪ੍ਰੀਤ ਸਿੰਘ ਜਥੇਦਾਰ, ਜਾਂ ਜਿਹੜੇ ਹੋਰ ਵੀ ਬੁੱਧੀਜੀਵੀ ਨੇ ਜਿਵੇਂ ਪ੍ਰਚਾਰਕ ਨੇ ਸਿੱਖ ਕੌਮ ਦੇ, ਜਿੰਨੇ ਵੀ ਵੱਡੇ ਵੱਡੇ ਜਿਹੜੇ ਹੁਣ ਕਮੇਟੀ ਬਣਾਈ, ਉਹ ਸਾਰੇ ਬੈਠ ਕੇ ਪਹਿਲਾਂ ਅਜੇ ਤੱਕ ਘੁੰਮੇ ਨੂੰ ਸਜ਼ਾ ਦਿੱਤੀ ਜਾਵੇ ਜਾਂ ਉਹਨੂੰ ਪੇਸ਼ ਕੀਤਾ ਜਾਵੇ, ਪਹਿਲੇ ਸਜ਼ਾ ਤਾਂ ਚਲੋ ਮੈਂ ਨੀ ਕਹਿਣਾ ਚਾਹੁੰਦਾ, ਪੇਸ਼ ਕੀਤਾ ਜਾਵੇ, ਉਸ ਤੋਂ ਬਾਅਦ ਢੱਡਰੀਆਂ ਵਾਲਾ ਆਪਣੇ ਆਪ ਹੀ ਅਕਾਲ ਸਾਹਿਬ ਤੋਂ ਅਕਾਲ ਤਖ਼ਤ ਤੇ ਪਹੁੰਚ ਸਕਦਾ ਹੈ। ਠੀਕ ਹੈ ਜੀ। ਤੇ ਜਿਹੜੀ ਉਹਨੇ ਅਕਾਲ ਤਖ਼ਤ ਸਾਹਿਬ ਦੀ ਜਾਨ ਦੀ ਗਲਤੀ ਕੀਤੀ ਹੈ ਢੱਡੇ ਵਾਲੇ, ਉਹਦੀ ਵੀ ਵੱਡੀ ਗਲਤੀ ਹੈ। ਸਾਡੀ ਅਕਾਲ ਤਖ਼ਤ ਸਾਹਿਬ ਸਾਡੀ ਇੱਕ ਸਿਰਮੌਰ ਸੰਸਥਾ ਹੈ ਜਿਹੜੀ ਸਾਡੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਾਲੇ ਨੇ ਬਣਾਈ ਹੈ, ਉਹਦੇ ਉੱਥੇ ਪੇਸ਼ ਹੋਣਾ ਉਹਦਾ ਫਰਜ਼ ਬਣਦਾ ਸੀ, ਕੁਛ ਵੀ ਹੈ ਕਿਵੇਂ ਵੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਭਾਵੇਂ ਨਾ ਜਾਂਦਾ, ਜਿਵੇਂ ਕਹਿੰਦੇ ਮੈਨੂੰ ਪੈਰਾਂ 'ਚ ਬਿਠਾਉਂਦੇ ਨੇ ਜਾਂ ਮੈਨੂੰ ਖਰੀਦਣਾ ਚਾਹੁੰਦੇ ਨੇ ਜਾਂ ਮੈਨੂੰ ਆਪਣੇ ਆਪਣੇ ਤਰੀਕੇ ਦਾ ਪ੍ਰਚਾਰ ਕਰਾ ਜਾਂਦੇ, ਉਸ ਤੋਂ ਬਾਅਦ ਨਾ ਜਾਂਦਾ, ਇੱਕੋ ਹੀ ਪੇਸ਼ ਹੋਣਾ ਚਾਹੀਦਾ ਉਹਦਾ, ਬਣਦਾ ਸੀ ਇਹ ਗੱਲ ਦੇ। ਠੀਕ ਹੈ ਜੀ। ਪਹਿਲੀ ਗੱਲ ਤੇ ਆ ਵੀ ਅਸੀਂ ਨਾ ਤੇ ਕੋਈ ਸਜ਼ਾ ਕਿਸੇ ਨੂੰ ਦੇ ਸਕਦੇ ਹਾਂ, ਨਾ ਕਿਸੇ ਨੂੰ ਦਵਾ ਸਕਦੇ ਹਾਂ, ਆਪਾਂ ਤੇ ਵਿਚਾਰ ਕਰ ਸਕਦੇ ਹਾਂ, ਚਰਚਾ ਕਰ ਸਕਦੇ ਹਾਂ ਵੀ ਇਹਦਾ ਕੀ ਹੋਣਾ ਚਾਹੀਦਾ। ਪਹਿਲੀ ਗੱਲ ਤੇ ਆ ਵੀ ਇਹੋ ਜਿਹੇ ਕੰਮਾਂ ਲਈ ਜਿੱਦਾਂ ਭਾਈ ਸਾਹਿਬ ਨੇ ਹੁਣੇ ਕਿਹਾ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੇ ਇੰਟੈਕਚੁਅਲ ਨੇ ਸਿੱਖ ਕੌਮ ਦੇ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਅਕਾਲ ਤਖ਼ਤ ਦਾ ਜਥੇਦਾਰ ਨੇ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖ ਸੰਪਰਦਾਵਾਂ ਨੇ, ਇਹਨਾਂ ਸਾਰਿਆਂ ਨੂੰ ਮਿਲ ਬੈਠ ਕੇ ਕੋਈ ਇਹਦਾ ਹੱਲ ਕੱਢਣਾ ਚਾਹੀਦਾ। ਇਹ ਜਿਹੜੀਆਂ ਅਸੀਂ ਵੱਖਰੀਆਂ ਵੱਖਰੀਆਂ ਦੁਕਾਨਾਂ ਖੋਲ੍ਹ ਲਈਆਂ ਜਾਂ ਵੱਖਰੇ ਵੱਖਰੇ ਇੱਕ ਦੂਜੇ 'ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ, ਇਹਦੇ ਨਾਲ ਸਮੁੱਚੇ ਤੌਰ 'ਤੇ ਸਿੱਖ ਕੌਮ ਦਾ ਜਿਹੜਾ ਗ੍ਰਾਫ ਜਿਹੜਾ ਉਹ ਆਮ ਲੋਕਾਂ 'ਚ ਡਿੱਗਦਾ। ਜਦੋਂ ਕਿ ਇੱਕ ਪਾਸੇ ਸਿੱਖ ਕੌਮ ਜਿਹੜੀ ਏਡੇ ਵਧੀਆ ਕੰਮ ਕਰਦੀ ਹੈ, ਜੇ ਉਹ ਕਿਤੇ ਦੰਗੇ ਹੁੰਦੇ ਆ, ਕਿਤੇ ਕੋਈ ਨੁਕਸਾਨ ਹੁੰਦਾ ਤਾਂ ਫੱਟ ਲੰਗਰ, ਜਿਵੇਂ ਹੁਣੇ ਭਾਈ ਸਾਹਿਬ ਦੱਸ ਰਹੇ ਸੀ ਕਿ ਉੱਧਰੋਂ 84 ਦੇ ਵਿੱਚ ਉੱਧਰੋਂ ਬਲਿਊ ਸਟਾਰ ਆਪਰੇਸ਼ਨ ਹੋ ਰਿਹਾ ਸੀ ਅਤੇ ਦੂਜੇ ਪਾਸੇ ਗੁਰਦੁਆਰਾ ਸੰਤੋਖ ਸਰ ਸਿੱਖਾਂ ਨੇ ਲੰਗਰ ਲਾਇਆ ਸੀ ਵੀ ਚਾਹ ਉੱਥੋਂ ਆ ਕੇ, ਭਾਵੇਂ ਉਹ ਫੌਜੀ ਛਕੇ ਅਤੇ ਭਾਵੇਂ ਕੋਈ BSF ਵਾਲਾ, ਭਾਵੇਂ ਕੋਈ CRP ਵਾਲਾ। ਕਹਿਣ ਤੋਂ ਮਤਲਬ ਜਿੱਥੇ ਸਿੱਖ ਕੌਮ ਏਡੇ ਵਧੀਆ ਕੰਮ ਕਰਦੀ ਹੈ, ਜਦੋਂ ਤੇ ਲੰਗਰ ਦਾ ਕੰਮ ਆਉਂਦਾ, ਜਦੋਂ ਤੇ ਸੇਵਾ ਦਾ ਕੰਮ ਆਉਂਦਾ, ਉਦੋਂ ਤੇ ਸਿੱਖਾਂ ਦੇ ਨਾਲ ਦਾ ਕੋਈ ਜਵਾਬ ਨਹੀਂ ਹੈਗਾ। ਵੈਸੇ ਦੋਸ਼ ਕੀ ਹੈ ਢੰਡਰੀਆਂ ਵਾਲੇ ਤੇ? ਦੇਖੋ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਉੱਥੇ ਮਸਲਾ ਹੈ ਕੀ ਹੈ। ਦੇਖੋ, ਗੱਲ ਇਹ ਆ, ਉਹਨੂੰ ਸਿਰਫ ਇਸ ਗੱਲ ਦਾ ਗਿਲਾ ਕਿ ਮੇਰੇ ਬੰਦੇ ਨੂੰ ਛਬੀਲ ਤੇ ਖਿਲਾਰ ਕੇ ਮੇਰਾ ਬੰਦਾ ਮਾਰਿਆ। ਹਾਂ, ਉਹਦਾ ਤਾਂ ਗਿਲਾ ਚਲੋ ਠੀਕ ਹੈ, ਉਹ ਕਹਿੰਦਾ ਵੀ ਤੁਸੀਂ ਹੁਣ ਮੇਰੇ ਨਾਲ ਧੱਕਾ ਵੀ ਕੀਤਾ ਤੇ ਮੈਨੂੰ ਤੁਸੀਂ, ਅਸੀਂ ਵੀ ਉਹਨੂੰ ਸੁਣਿਆ ਹੀ ਆ, ਸਾਨੂੰ ਉਹਦੇ ਬਾਰੇ ਇਹੋ ਹੀ ਸੁਣਿਆ ਜੋ ਤੁਸੀਂ ਸੁਣਿਆ, ਉਹ ਹੀ ਮੈਂ ਸੁਣਿਆ, ਉਹ ਹੀ ਆਮ ਲੋਕਾਂ ਨੇ ਸੁਣਿਆ। ਨਾ ਮੈਂ ਅੱਜ ਤੱਕ ਰਿਕਾਰਡ ਆ ਕਿ ਮੈਂ ਅੱਜ ਤੱਕ ਨਾ ਤੇ ਕਦੀ ਉਹਨਾਂ ਨੂੰ ਦਰਸ਼ਨ ਕੀਤੇ ਉਹਨਾਂ ਦੇ ਨੇੜੋਂ, ਤੇ ਅਜੇ ਧੁੰਮਾ ਸਾਹਿਬ ਨੂੰ ਤਾਂ ਮੈਂ ਇੱਕ ਦੋ ਵਾਰੀ ਮਿਲਿਆ ਵੀ ਹਾਂ ਇੱਥੇ ਅਮੈਰੀਕਾ 'ਚ ਵੀ ਅਤੇ ਇੱਥੇ ਵੀ, ਅਤੇ ਲੇਕਿਨ ਮੈਂ ਕੋਈ ਬਹੁਤੀ ਵਾਰੀ ਢੰਡਿਆਂ ਵਾਲਿਆਂ ਨੂੰ ਇੱਕ ਵਾਰੀ ਵੀ ਨਹੀਂ ਮਿਲਿਆ। ਲੇਕਿਨ ਮੈਂ ਮਹਿਸੂਸ ਕਰਦਾ ਵੀ ਜੇ ਇਹਨਾਂ ਦੀ ਕੋਈ ਆਪਸ ਦੇ ਵਿੱਚ ਕੋਈ ਹੈਗੀ ਆ ਕੰਟਰੋਵਰਸੀ ਹੈਗੀ ਆ, ਤਾਂ ਸਿੱਖ ਕੌਮ ਦੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਅੱਗੇ ਆ ਕੇ ਇਹਨਾਂ ਦਾ ਦੋਵਾਂ ਨੂੰ ਬਿਠਾ ਕੇ ਇਹਨਾਂ ਨੂੰ ਬਜਾਏ ਕਿ ਇਹਨਾਂ ਨੂੰ TV ਤੇ, ਰੇਡੀਓ ਤੇ, ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ਼ ਪ੍ਰਚਾਰ, ਕਿਉਂਕਿ ਸਿੱਖ ਸਿੱਖ ਦੇ ਖਿਲਾਫ਼ ਪ੍ਰਚਾਰ ਕਰ ਰਿਹਾ, ਚਾਹੇ ਉਹ ਕਿਸੇ ਪਾਸੇ ਹੋ ਰਿਹਾ, ਚਾਹੇ ਉਹ ਢੰਡੀਆਂ ਵਾਲੇ ਪਾਸੇ ਹੋ ਰਿਹਾ, ਚਾਹੇ ਉਹ ਟਕਸਾਲ ਵਾਲੇ ਪਾਸੇ ਹੋ ਰਿਹਾ। ਜੇ ਇੱਥੇ ਆਏ ਆ ਤੇ ਉਹ ਬਕਾਇਦਾ ਇੱਕ ਬੰਨੇ ਮੁਜ਼ਾਹਰਾ ਹੋਇਆ, ਇੱਕ ਬੰਨੇ ਨੇ ਕਿਹਾ ਜੀ ਮੈਂ ਇੱਥੇ ਕਰਾਂਗਾ, ਆ ਕੇ ਕੁਝ ਕਰਾਂਗਾ। ਕਹਿਣ ਤੋਂ ਮਤਲਬ ਵੀ ਇਹ ਬੁੱਧੀਜੀਵੀਆਂ ਨੂੰ, ਜਿਹੜਾ ਕਿ ਬੁੱਧੀਜੀਵੀਆਂ ਦਾ ਕੰਮ ਹੈ, ਉਹਨਾਂ ਨੂੰ ਸਮੇਂ ਸਮੇਂ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਮੁਸੀਬਤ ਦੀਆਂ ਘੜੀਆਂ ਕਿਸੇ ਵੀ ਕੌਮ ਦੀਆਂ, ਤੇ ਉਦੋਂ ਜਿਹੜੇ ਉਸ ਕੌਮ ਦੇ ਬੁੱਧੀਜੀਵੀ ਨੇ ਉਹਨਾਂ ਨੂੰ ਚਾਹੀਦਾ। ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਦੋ ਤਿੰਨ ਇਤਰਾਜ ਹੈ। ਇੱਕ ਤਾਂ ਜਿਹੜਾ ਜੋ ਵੀ ਹੋਇਆ ਸੀ ਵੀ ਉਦੋਂ ਕਿਸੇ ਨੇ ਛਬੀਲ ਵਾਲਾ, ਦੂਜੀ ਉਹ ਗੱਲ ਕਹਿ ਰਿਹਾ ਵੀ ਮੈਂ ਆਪਣੀ ਗੱਲ ਕਰਦਾ ਆਪਣੇ ਦਿਮਾਗ ਲਾਉਣਾ ਤੇ ਉਹਨੂੰ ਰੋਕਿਆ ਜਾਂਦਾ, ਜਾਂ ਤਾਂ ਮੈਨੂੰ ਦੱਸੋ ਵੀ ਮੇਰਾ ਕਸੂਰ ਕੀ ਹੈ। ਮੈਂ ਅਕਾਲ ਤਖ਼ਤ ਕੰਸੈਪਟ 'ਚ ਮੈਂ ਗੱਲ ਕਰ ਰਿਹਾ ਕਿ ਇਹ ਮਸਲਾ ਤੁਹਾਡੇ ਮੇਰੇ ਵਾਸਤਾ ਨਹੀਂ ਹੈਗਾ, ਨਾ ਅਸੀਂ ਕੋਈ ਡਿਸੀਜਨ ਲੈ ਸਕਦੇ ਹਾਂ, ਨਾ ਹੀ ਕੋਈ ਫੈਸਲਾ ਕਰਕੇ ਤੇ ਜਥੇਬੰਦੀਆਂ ਜਿਹੜੀਆਂ ਸਿੱਖਾਂ ਦੀਆਂ ਸਰਮੌਰ ਜਥੇਬੰਦੀਆਂ ਨੇ, ਉਹ ਇਹਨਾਂ ਨੂੰ ਬਹਿ ਕੇ ਇਹਨਾਂ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਇਹਨਾਂ ਦਾ ਕਿਸੇ ਤਰ੍ਹਾਂ ਕੋਈ ਮਸਲਾ ਹੱਲ ਕਰਨ, ਨਾ ਕਿ ਸੋਸ਼ਲ ਮੀਡੀਆ ਤੇ ਜਾ ਕੇ ਜਾਂ ਰੇਡੀਓ ਤੇ, TV ਤੇ, ਅਖਬਾਰਾਂ ਵਿੱਚ ਜਾ ਕੇ ਇੱਕ ਦੂਜੇ ਦੇ ਬਿਆਨਬਾਜ਼ੀ ਕਰਨ, ਉਹਦੇ ਨਾਲ ਸਿੱਖ ਕੌਮ ਦਾ ਗ੍ਰਾਫ ਜਿਹੜਾ ਸੂਰਜ ਪ੍ਰਕਾਸ਼ ਵਾਲਾ ਮਸਲਾ ਜੋ ਵੀ ਹੈ, ਇੱਥੋਂ ਤੱਕ ਕਿ ਕਈਆਂ ਕਈਆਂ ਮਸਲਿਆਂ ਦੇ ਉੱਤੇ ਇੰਨੀ ਕੰਟਰੋਵਰਸੀ ਹੈ ਜਿਹੜੀ ਕਿ ਕਦੀ ਕੀਤੀ ਨਹੀਂ ਗਈ। ਜੇ ਤੁਸੀਂ ਹਰਿਮੰਦਰ ਸਾਹਿਬ ਚਲੇ ਜਾਓ, ਉੱਥੋਂ ਦੀ ਪਰੰਪਰਾ ਹੋ ਰਿਹਾ, ਜੇ ਤੁਸੀਂ ਹਜ਼ੂਰ ਸਾਹਿਬ ਚਲੇ ਜਾਓ, ਉੱਥੋਂ ਦੀ ਪਰੰਪਰਾ ਹੋ ਰਿਹਾ, ਜਾਂ ਤੁਸੀਂ ਕਿਸੇ ਹੋਰ ਗੁਰਦੁਆਰੇ 'ਚ ਪਟਨਾ ਸਾਹਿਬ ਚਲੇ ਜਾਓ, ਉੱਥੋਂ ਦੀ ਪਰੰਪਰਾ ਹੋ ਰਿਹਾ। ਕਹਿਣ ਤੋਂ ਮਤਲਬ ਵੀ ਇਹ ਸਾਰੀਆਂ ਪਰੰਪਰਾਵਾਂ ਜਿਹੜੀਆਂ ਸਿੱਖ ਕੌਮ 'ਤੇ ਇੱਕ ਹੀ ਹੈ ਨਾ,
ਇਹਨਾਂ ਦਾ ਕੋਈ ਹੱਲ ਕੱਢਣਾ ਚਾਹੀਦਾ ਔਰ ਇਹ ਹੱਲ ਸਿਰਫ ਤੇ ਸਿਰਫ ਬੁੱਧੀਜੀਵੀ ਜਥੇਬੰਦੀਆਂ ਸਿੱਖ ਜਥੇਬੰਦੀਆਂ ਇਹਨਾਂ ਨੂੰ ਮਿਲ ਬੈਠ ਕੇ ਇਹਦਾ ਕੋਈ ਹੱਲ ਕੱਢਣਾ ਚਾਹੀਦਾ। ਨਾ ਕਿਤੇ ਅਸੀਂ ਕਿਸੇ ਦੇ ਕੋਈ ਦੋਸ਼ ਲਾ ਸਕਦੇ ਹਾਂ, ਨਾ ਅਸੀਂ ਕਿਸੇ ਦੇ ਲਾਏ ਦੋਸ਼ਾਂ 'ਤੇ ਮੋਹਰ ਲਾ ਸਕਦੇ ਵੀ ਇਹਨੇ ਠੀਕ ਲਾਇਆ ਇਹਨੇ ਗਲਤ ਲਾਇਆ, ਕਿਉਂਕਿ ਇਹ ਉਹਨਾਂ ਦਾ ਕੰਮ ਹੈ, ਇਹ ਉਹਨਾਂ ਲੋਕਾਂ ਦਾ ਕੰਮ ਹੈ। ਉਹਨਾਂ ਲੋਕਾਂ ਨੂੰ ਚਾਹੀਦਾ ਅੱਗੇ ਆਉਣ ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਹੱਥ ਬੰਨ ਕੇ ਸਨੇਮਰ ਬੇਨਤੀ ਕਰ ਸਕਦੇ ਹਾਂ ਕਿ ਇਹ ਜਿਹੜੀ ਕੰਟਰੋਵਰਸੀ ਨੂੰ ਖਤਮ ਕੀਤਾ ਜਾਵੇ, ਇਹਦਾ ਕੋਈ ਹੱਲ ਕੱਢਿਆ ਜਾਵੇ, ਨਾ ਕਿ ਕਿਸੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਕਿਸੇ ਨੂੰ ਉੱਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਬਕਾਇਦਾ ਇਹਨਾਂ ਦਾ ਬਿਠਾ ਕੇ ਕੋਈ ਨਾ ਕੋਈ। ਕਿਉਂਕਿ ਹੁਣ ਜਿਹੜੀ ਰੀਸੈਂਟ ਡਿਵੈਲਪਮੈਂਟ ਹੋਈ ਹੈ ਉਹ ਹੈ ਕਿ ਇੱਕ ਕਾਲ ਹੋਰ ਆਈ ਹੈ, ਸਾਡੇ ਕੋਲ ਸਮਾਂ ਥੋੜ੍ਹਾ ਹੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਖਾਲਸਾ, ਭਾਈ ਜੀ ਖਾਲਸਾ, ਭਾਈ ਫਤਿਹ ਜੀ। ਹਾਂ ਗੁਰੂ ਫਤਿਹ ਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਵੀ ਆਹ ਤੁਹਾਡਾ ਇਸ਼ੂ ਬਹੁਤ ਸੋਹਣਾ, ਬਹੁਤ ਅੱਛਾ ਰਾਜਪਾਲ ਸਿੰਘ ਨੇ ਤੋਰਿਆ ਜੀ। ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਹੁਣੇ ਗੱਲ ਇਹ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਦੇ ਬਰਾਬਰ ਜਿਹੜੀਆਂ ਹੋਰ ਕੋਠੀਆਂ ਰੱਖ ਰਹੇ ਆ, ਅਸਲੀ ਮਸਲਾ ਤਾਂ ਇਹ ਹੈ ਕਿਉਂਕਿ ਹਾਲੇ ਤਾਈਂ ਪਿਛਲੇ 100 ਸਾਲ ਤੋਂ ਜਿਸ ਕਿਸੇ ਜਥੇਦਾਰ ਨੇ ਜਾਂ ਜਿਸ ਕਿਸੇ ਵੀ ਅਕਾਲ ਤਖ਼ਤ ਦੇ ਮੋਢੀ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕੋ ਹੀ ਸਰੂਪ ਸੰਸਾਰ ਦੇ ਗੁਰੂ ਸਾਹਿਬ ਨੇ ਸਾਨੂੰ ਉਹਦੇ ਲੜ ਲਾਇਆ ਸੀ ਤੇ ਉਹਦੇ ਬਰਾਬਰ ਜਦੋਂ ਹੁਣ ਧੁੰਮੇ ਹੋਣੀ ਧੱਕੇ ਦੇ ਨਾਲ ਜਾਂ ਪਟਨਾ ਸਾਹਿਬ ਦੇ ਵਿੱਚ ਜਾਂ ਪਰੇ ਹਜ਼ੂਰ ਸਾਹਿਬ ਦੇ ਵਿੱਚ ਪੂਰੇ ਬੱਕਰੇ ਪੜ੍ਹਦੇ ਆ ਜਿਹਦੇ ਬਾਰੇ ਹੁਣੇ ਸੁਣੇ ਟੇਪ ਮੈਨੂੰ ਸਾਡੇ ਮੀਤ ਪ੍ਰਧਾਨ ਨੇ ਭੇਜੀ ਆ ਵੀ ਉਹ ਜਿਹੜਾ ਏਡਾ ਵੱਡਾ ਮਸਲਾ 100 ਸਾਲ ਤੋਂ ਇਹਨਾਂ ਨੇ ਖੜਾ ਕੀਤਾ ਆ ਧੱਕੇ ਨਾਲ ਤੁਹਾਡੇ ਸਾਹਮਣੇ ਧੰਮਾ ਸਾਹਿਬ ਹਰਿਮੰਦਰ ਸਾਹਿਬ ਤੋਂ ਅਤੇ ਏਦਾਂ ਮੰਜੀ ਸਾਹਿਬ ਤੋਂ ਕਥਾ ਕਰਦਾ ਇੰਨਾ ਕੁਛ ਕਰਕੇ ਵੀ ਤੇ ਇਹ ਬਾਹਰ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਤਾਂ ਲੋਕਾਂ ਨੂੰ ਤਕਲੀਫ ਕੀ ਆ? ਠੀਕ ਹੈ ਜੀ, ਤੁਹਾਡਾ ਪੱਖ ਆ ਗਿਆ। ਇੱਕ ਹੋਰ ਕਾਲ ਆ ਰਹੀ ਹੈ, ਉਹ ਵੀ ਲੈਂਦੇ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ? ਸਮਾਂ ਥੋੜਾ ਹੀ ਹੈ, ਥੋੜਾ ਕੁਇਕਲੀ। ਹਾਂਜੀ, ਮੈਂ ਸੰਗੀਤ ਜੀ ਨੂੰ ਵੇਟ ਦੇਣੀ ਜੀ। ਹਾਂਜੀ ਹਾਂਜੀ, ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਚਾਹੇ ਟਕਸਾਲ ਵਾਲੇ ਆ ਚਾਹੇ ਢੰਡਰੀ ਵਾਲੇ ਆ, ਇਹਨਾਂ ਦੋਵਾਂ ਦੇ ਵਿੱਚ ਚਾਹੇ ਹੋਰ ਵੀ ਕੋਈ ਸੰਪਰਦਾਇ ਸਿੱਖਾਂ ਦੀਆਂ ਹੈਗੀਆਂ, ਇਹਨਾਂ ਦੇ ਵਿੱਚ ਸਿੱਖਾਂ ਵਾਲਾ ਆਚਰਣ, ਸਿੱਖਾਂ ਵਾਲਾ ਕਰੈਕਟਰ, ਸਿੱਖਾਂ ਵਾਲੀ ਕਹਿਣੀ ਕਰਨੀ ਉਹ ਇਹਨਾਂ ਦੇ ਵਿੱਚ ਹੈ ਨੀ ਗੀ। ਇਹਨਾਂ ਨੇ ਰਲ ਮਿਲ ਕੇ ਸਿੱਖ ਕੌਮ ਦਾ ਨੁਕਸਾਨ ਕਰਨਾ, ਇਸੇ ਕਰਕੇ ਕੋਈ ਫੈਸਲਾ ਨੀ ਹੋ ਰਿਹਾ, ਹਰੇਕ ਬੰਦਾ ਆਪਣੀਆਂ ਰੋਟੀਆਂ ਫੇਕ ਰਿਹਾ। ਓਕੇ ਵੀਰ ਜੀ, ਓਕੇ ਜੀ, ਥੈਂਕ ਯੂ, ਥੈਂਕ ਯੂ ਜੀ। ਸੋ ਉਹੀ ਗੱਲ ਜਿਹੜੀ ਆਪਾਂ ਕਹਿ ਰਹੇ ਹਾਂ ਤੇ ਹੋਰ ਵੀ ਵੱਜ ਰਹੀਆਂ, ਪਰ ਸਾਡੇ ਕੋਲ ਸਮਾਂ ਹੁਣ ਹੈ ਨਹੀਂ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਚਲੋ ਡਿਸਕਨੈਕਟ। ਸੋ ਕੁੱਲ ਮਿਲਾ ਕੇ ਉਹੀ ਗੱਲ ਆਈ ਕਿ ਜਦ ਤੱਕ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਬੁੱਧੀਜੀਵੀ, ਅਕਾਲ ਤਖ਼ਤ ਸਾਹਿਬ ਅਤੇ ਉੱਥੋਂ ਦੇ ਅਲੱਗ ਅਲੱਗ ਤਖ਼ਤਾਂ ਦੇ ਜਥੇਦਾਰ ਜਦ ਤੱਕ ਇਹ ਮਿਲ ਬੈਠ ਕੇ ਕੋਈ ਹੱਲ ਨਹੀਂ ਕੱਢਦੇ, ਇਹ ਤੁਹਾਡੇ ਮੇਰੇ ਚਰਚਾ ਕੀਤੇ ਤਾਂ ਮਸਲਾ ਹੱਲ ਨਹੀਂ ਹੋਣਾ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ, ਸਮਾਂ ਸਾਡਾ ਸਮਾਪਤ ਹੋ ਗਿਆ। ਸੋ ਇਹ ਸੀ ਅੱਜ ਦਾ ਡੇਡਲਾਈਨ ਟੋਰਾਂਟੋ। ਕੱਲ੍ਹ ਨੂੰ ਨਵੇਂ ਵਿਸ਼ੇ ਨਾਲ, ਨਵੇਂ ਮਹਿਮਾਨ ਨਾਲ ਤੁਹਾਡਾ ਫਿਰ ਇੱਕ ਵਾਰੀ ਸਾਂਝ ਪਾਵਾਂਗੇ। ਪ੍ਰੋਗਰਾਮ ਨੂੰ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।